With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्होंने सिखी दिया ते बेड़ा गर्क किता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikh Jathebandi ne French ate European courts de naal United Nations Human Rights Committee da darwaza vi khadkaya. All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website, or you can mail us your donations to TV84, 36-01, 37th Avenue, Long Island City, New York, 11101. ਸਸਿਕਾ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਉਹਨਾਂ ਸਾਰੇ ਪਹਿਲੂਆਂ ਦੇ ਉੱਪਰ ਡੂੰਘੀ ਨਜ਼ਰ ਰੱਖਦੇ ਹਾਂ ਜਿਨ੍ਹਾਂ ਪਹਿਲੂਆਂ ਨੂੰ ਤੁਸੀਂ ਬੜੀ ਬਾਰੀਕੀ ਦੇ ਨਾਲ ਜਾਣਨਾ ਚਾਹੁੰਦੇ ਹੋ ਤੇ ਜੀ ਹਾਂ ਅੱਜ ਅਸੀਂ ਗੱਲ ਕਰਾਂਗੇ ਸੰਗੀਤ ਖੇਤਰ ਦੀ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਐਸੀ ਹਸਤੀ ਮੌਜੂਦ ਹੈ ਜੋ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ ਜੀ ਹਾਂ ਗਾਇਕੀ ਦੇ ਖੇਤਰ ਦੇ ਵਿੱਚ ਨਾਮਣਾ ਖੱਟਣ ਵਾਲਾ ਇੱਕ ਐਸਾ ਨਾਂ ਜਿਹੜਾ ਹਰ ਵਰਗ ਚਾਹੇ ਉਹ ਬਚਪਨਾ ਹੋਵੇ ਚਾਹੇ ਉਹ ਜਵਾਨ ਹੋਵੇ ਚਾਹੇ ਉਹ ਬੁਢਾਪੇ ਦਾ ਵਰਗ ਹੋਵੇ ਹਰ ਵਰਗ ਦੇ ਦਿਲਾਂ ਦੇ ਵਿੱਚ ਘਰ ਘਰ ਬੈਠਾ ਹੈ ਜੀ ਹਾਂ ਮੇਰੀ ਮੁਰਾਦ ਹੈ ਸੁਰਜੀਤ ਭੁੱਲਰ ਜੀ ਦੇ ਨਾਲ ਤੇ ਜੀ ਹਾਂ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਦੇ ਹਾਂ ਇਹਨਾਂ ਦੇ ਗਾਇਕੀ ਦੇ ਸਫ਼ਰ ਦੇ ਬਾਰੇ ਦੇ ਵਿੱਚ ਸਭ ਤੋਂ ਪਹਿਲਾਂ ਸੁਰਜੀਤ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਉੱਪਰ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਈਏ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਤਵਿੰਦਰ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਔਰ ਟੀਵੀ 84 ਵੇਖ ਰਹੇ ਸਾਰੇ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੁਰਜੀਤ ਜੀ ਜਿਵੇਂ ਕਿ ਇੱਕ ਬਹੁਤ ਪ੍ਰਚਲਿਤ ਗੱਲ ਹੈ ਕਿ ਕੋਈ ਵੀ ਕੰਮ ਜਿਹੜਾ ਹੈ ਉਹ ਮਿਹਨਤ ਤੋਂ ਬਗੈਰ ਨਹੀਂ ਹੁੰਦਾ ਸਵਾਲਾਂ ਦਾ ਸਿਲਸਿਲਾ ਅਸੀਂ ਜਾਰੀ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਸੰਗੀਤ ਦੇ ਇਸ ਸਫ਼ਰ ਦੇ ਬਾਰੇ ਦੇ ਵਿੱਚ ਤੁਹਾਡੀ ਪਹਿਲੀ ਕੈਸਟ ਆਈ ਸੀ ਮਾਰ ਭਾਗ ਸਿਆਂ ਕਿਹੜਾ ਉਹ ਕੈਸਟ ਇੰਨੀ ਕੁ ਮਕਬੂਲ ਹੋਈ ਕਿ ਉਸ ਤੋਂ ਬਾਅਦ ਸੁਰਜੀਤ ਭੁੱਲਰ ਨੇ ਸ਼ਾਇਦ ਪਿੱਛੇ ਮੁੜ ਕੇ ਨਹੀਂ ਦੇਖਿਆ ਗਾਇਕੀ ਦੇ ਸਫ਼ਰ ਦੇ ਬਾਰੇ ਦੇ ਵਿੱਚ ਅਸੀਂ ਨਹੀਂ ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ ਤੁਹਾਡੇ ਇਸ ਗਾਇਕੀ ਦੇ ਸਫ਼ਰ ਦੇ ਬਾਰੇ ਵਿੱਚ ਬੜਾ ਵਧੀਆ ਸਵਾਲ ਕੀਤਾ ਜੀ ਤੁਸੀਂ ਸਮਾਂ ਸਤਵਿੰਦਰ ਜੀ ਪਤਾ ਨਹੀਂ ਕਿੰਨੀ ਜਲਦੀ ਟੱਪ ਜਾਂਦਾ ਹੈ ਲੰਘ ਜਾਂਦਾ ਹੈ ਕਿਉਂਕਿ 1996 ਦੇ ਵਿੱਚ ਅਗਸਤ ਦੇ ਵਿੱਚ ਮੇਰੀ ਜਿਹੜੀ ਪਹਿਲੀ ਟੇਪ ਆਈ ਸੀ ਮਾਰ ਭਾਗ ਸਿਆਂ ਕਿਹੜਾ ਔਰ ਜਿਹਨੂੰ ਸਰੋਤਿਆਂ ਨੇ ਆਉਂਦਿਆਂ ਹੀ ਕਬੂਲ ਕੀਤਾ ਸੀ ਇੱਕ ਬੜਾ ਵਧੀਆ ਗੀਤ ਰਾਜ ਬਰਾੜ ਜੀ ਨੇ ਲਿਖਿਆ ਸੀ ਮਾਰ ਭਾਗ ਸਿਆਂ ਕਿਹੜਾ ਵੇ ਮੇਰਾ ਜੀ ਨਹੀਂ ਲੱਗਦਾ ਇਹ ਉਸ ਮੁਟਿਆਰ ਦੀ ਕਹਾਣੀ ਸੀ ਜਿਹੜੀ ਇੱਧਰ ਬੈਠੀ ਹੋਈ ਉਹਦਾ ਘਰ ਵਾਲਾ ਰੋਜ਼ੀ ਰੋਟੀ ਕਮਾਉਣ ਵਿਦੇਸ਼ਾਂ ਦੇ ਵਿੱਚ ਗਿਆ ਹੋਇਆ ਇੱਕ ਸੁਨੇਹਾ ਲਿਖਦੀ ਸੀ ਸੁਨੇਹੇ ਰਾਹੀਂ ਉਹਨੂੰ ਯਾਦ ਕਰਦੀ ਆ ਤੇ ਬਹੁਤ ਵਧੀਆ ਇਹਨੂੰ ਹੰਗਾਰਾ ਮਿਲਿਆ ਸੀ ਜੀ ਸੁਰਜੀਤ ਜੀ ਅਸੀਂ ਚਾਹਾਂਗੇ ਵੀ ਇਸ ਸ਼ੋਅ ਦਾ ਜਿਹੜਾ ਆਗਾਜ਼ ਹੈ ਤੁਹਾਡੇ ਇਸੇ ਹੀ ਸ਼ੁਰੂਆਤੀ ਗੀਤ ਦੇ ਨਾਲ ਮਾਰ ਭਾਗ ਸਿਆਂ ਕਿਹੜਾ ਦੀਆਂ ਚੰਦ ਲਾਈਨਾਂ ਦੇ ਨਾਲ ਹੋ ਜਾਵੇ ਤਾਂ ਮੈਂ ਚਾਹਾਂਗਾ ਸੋਹਣੀ ਤੇ ਸੁਹਾਗੇ ਵਾਲੀ ਗੱਲ ਹੋਏਗੀ ਜੀ ਜ਼ਰੂਰ ਸਤਵਿੰਦਰ ਜੀ
ਮੈਂ ਸਾਰਿਆਂ ਦੇ ਰੂਬਰੂ ਕਰਦਾ ਜੀ ਜੀ ਹੋ ਦਿਲ ਵਿੱਚੋਂ ਸਾਡਾ ਪਿਆਰ ਭੁਲਾ ਕੇ ਵੇ ਬਹਿ ਗਿਆ ਵਿੱਚ ਪਰਦੇਸਾਂ ਜਾ ਕੇ ਤੇਰੇ ਬਾਜੋਂ ਸੁਨੇ ਚੁਬਾਰੇ ਵੱਡ ਵੱਡ ਖਾਂਦਾ ਏ ਵੇੜਾ ਵੇ ਮੇਰਾ ਜੀ ਨੀ ਲੱਗਦਾ ਹਾਏ ਮਾਰ ਭਾਗ ਸਿਆ ਗੇੜਾ ਵੇ ਮੇਰਾ ਜੀ ਨੀ ਲੱਗਦਾ ਤੂੰ ਪਾਵਤ ਨਾ ਵੱਲ ਫੇਰਾ ਵੇ ਮੇਰਾ ਜੀ ਨੀ ਲੱਗਦਾ ਵਾਹ ਜੀ ਵਾਹ ਬਹੁਤ ਵਧੀਆ ਜੀ ਜਿਸ ਤਰ੍ਹਾਂ ਦਾ ਸੁਣਿਆ ਸੀ ਕਿ ਸੁਰਜੀਤ ਭੁੱਲਰ ਆਪਣੀ ਬੇਬਾਕ ਗਾਇਕੀ ਦੇ ਨਾਲ ਦਰਸ਼ਕਾਂ ਦਾ ਮਨ ਮੋਹਦਾ ਹੈ ਅੱਜ ਸਟੂਡੀਓ ਦੇ ਵਿੱਚ ਉਹੋ ਜਿਹਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਸੁਰਜੀਤ ਜੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿਸ ਵੇਲੇ ਇਨਸਾਨ ਕਿਸੇ ਵੀ ਮਿਹਨਤਕਸ਼ ਮੁੱਦੇ ਨੂੰ ਉਠਾ ਕੇ ਆਪਣਾ ਸਫ਼ਰ ਸ਼ੁਰੂ ਕਰਦਾ ਹੈ ਤਾਂ ਉਹਦੇ ਸਾਹਮਣੇ ਬਹੁਤ ਚੁਣੌਤੀਆਂ ਆਉਂਦੀਆਂ ਨੇ ਤੁਹਾਡੇ ਸਾਹਮਣੇ ਵੀ ਜਦੋਂ ਤੁਸੀਂ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਕੋਈ ਇਸ ਤਰ੍ਹਾਂ ਦੀਆਂ ਕਠਿਨਾਈਆਂ ਜਾਂ ਚੁਣੌਤੀਆਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵੇਖੋ ਜੀ ਹਰੇਕ ਕਹਾਣੀ ਜਿਹੜੀ ਹੁੰਦੀ ਹੈ ਨਾ ਉਹਦਾ ਇੱਕ ਆਪਣਾ ਸਵਾਦ ਹੁੰਦਾ ਅਤੇ ਮੈਨੂੰ ਪਤਾ ਹੈ ਕਿ ਮੈਂ ਜਦੋਂ ਸਕੂਲ ਟਾਈਮ ਗਾਉਂਦਾ ਸੀ ਕਾਲਜ ਦੇ ਵਿੱਚ ਤਾਂ ਮੈਂ ਥੋੜ੍ਹੇ ਦਿਨ ਹੀ ਲਾਏ ਆ ਕੁਝ ਮਾਹੌਲ ਇਹੋ ਜਿਹੇ ਹੋ ਗਏ ਸੀ ਘਰ ਦੇ ਕੁਝ ਕਾਲਜ ਦੇ ਮੈਨੂੰ ਵਾਪਸ ਉੱਥੋਂ ਆਉਣਾ ਪਿਆ ਤਾਂ ਉਹਦੇ ਵਿੱਚ ਬੜੀ ਮਿਹਨਤ ਮੁਸ਼ਕਤ ਕਰਨੀ ਪਈ ਆ ਪਰ ਜਿਹੜਾ ਪਰਿਵਾਰ ਦੀ ਸਪੋਰਟ ਉਹਦੇ ਵਿੱਚ ਫਾਦਰ ਸਾਹਿਬ ਤੋਂ ਇਲਾਵਾ ਬਾਕੀ ਕਿਸੇ ਨੂੰ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਮੈਂ ਨਾ ਗਾਵਾਂ ਪਰ ਫਾਦਰ ਸਾਹਿਬ ਮੈਂ ਥੋੜ੍ਹਾ ਚਿਰ ਐਸ ਪੀ ਓ ਦੇ ਵਿੱਚ ਡਿਊਟੀ ਵੀ ਕੀਤੀ ਆ ਜੀ ਜੀ ਆਰ ਪੀ ਦੇ ਵਿੱਚ ਔਰ ਫਾਦਰ ਸਾਹਿਬ ਨੌਕਰੀ ਛੱਡਣ ਦੇ ਹੱਕ 'ਚ ਬਿਲਕੁਲ ਨਹੀਂ ਸੀ ਔਰ ਕਹਿੰਦੇ ਸੀ ਕਿ ਗਾਇਕ ਬੜੇ ਆਏ ਆਪਾਂ ਨੂੰ ਜੱਟਾਂ ਦੇ ਪੁੱਤਾਂ ਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਸੋਭਦੀ ਨਹੀਂ ਪਰ ਮੈਂ ਵਿਚਲਾ ਜਿਹਾ ਇੱਕ ਰਾਹ ਬਣਾ ਕੇ ਅਤੇ ਆਪਣੀ ਹੌਲੀ 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 ਚੋਰੀ ਛਿੱਪੇ ਤੁਰਿਆ ਗਿਆ ਬਾਅਦ ਦੇ ਵਿੱਚ ਜਦੋਂ ਮਾਰ ਭਾਗ ਸਿਆਂ ਗੇੜਾ ਗੀਤ ਜਿਹੜਾ ਵਾ ਇਹ ਮਾਰ ਭਾਗ ਸਿਆਂ ਗੇੜਾ ਗੀਤ ਰਾਜ ਬਰਾੜ ਦੀ ਬਦੌਲਤ ਮੈਂ ਮਾਰਕੀਟ ਦੇ ਵਿੱਚ ਆਇਆ ਔਰ ਮਾਰਕੀਟ ਦੇ ਵਿੱਚ ਆਉਂਦਿਆਂ ਜਦੋਂ ਉਹਨੂੰ ਹੁੰਗਾਰਾ ਮਿਲਿਆ ਫਿਰ ਜਦੋਂ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਫਿਰ ਥੋੜ੍ਹਾ ਥੋੜ੍ਹਾ ਹੌਲੀ ਹੌਲੀ ਪਰਿਵਾਰ ਵੀ ਜਿਹੜਾ ਵਾ ਉਹਨੂੰ ਵੀ ਵਧੀਆ ਲੱਗਣਾ ਸ਼ੁਰੂ ਹੋ ਜਾਂਦਾ ਵਾ ਬਾਕੀ ਮਿਹਨਤ ਦੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਕਿ ਕਿਵੇਂ ਇਹ ਸਫ਼ਰ ਮੈਂ ਤੈਅ ਕੀਤਾ ਵਾ ਉਹ ਕਿਵੇਂ ਦੇ ਦਿਨ ਸੀ ਹੁਣ ਕਿਵੇਂ ਦੇ ਦਿਨ ਆ ਹੁਣ ਕੀ ਦੌਰ ਚੱਲ ਰਿਹਾ ਜੀ ਪੁੱਲਰ ਸਾਹਿਬ ਹੁਣ ਤੱਕ ਆਪ ਜੀ ਦੀਆਂ ਮਾਰਕੀਟ ਦੇ ਵਿੱਚ ਕਿੰਨੇ ਕੁ ਕੈਸਟਾਂ ਆ ਚੁੱਕੀਆਂ ਨੇ ਘੱਟੋ ਘੱਟ ਵੀ ਡਿਊਟ ਔਰ ਸੋਲੋ ਪਾ ਕੇ 16 ਜਾਂ 17 ਜਦੋਂ ਵੀ ਜ਼ਿਆਦੀਆਂ ਹੋ ਸਕਦੀਆਂ 18 ਵੀ ਹੋ ਸਕਦੀਆਂ ਮੈਂ ਇਹ ਵੀ ਨਾ ਕਹਾਂ ਕਿ ਮੈਨੂੰ ਗਿਣਤੀ ਭੁੱਲੀ ਹੋਈ ਹੈ ਪਰ ਕਈ ਵਾਰ ਕੁਝ ਮਿਸ ਹੋ ਜਾਂਦਾ ਚੀਜ਼ ਕੋਈ ਤੇ 18 ਦੇ ਵਿੱਚ 20 ਦੇ ਵਿੱਚ ਮੇਰੀਆਂ ਜਿਹੜੀਆਂ ਟੇਪਾਂ ਆ ਚੁੱਕੀਆਂ ਧਾਰਮਿਕ ਪਾ ਕੇ ਸ਼ਾਇਦ 20 ਤੋਂ ਉੱਪਰ ਹੋਣ ਜੀ ਦੋ ਧਾਰਮਿਕ ਟੇਪਾਂ ਵੀ ਆਉਂਦੀਆਂ ਸੀ ਜੀ ਪਰ ਸਾਹਿਬ ਇੱਕ ਗੱਲ ਸੀ ਇੱਕ ਸਵਾਲ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਕਿਸੇ ਵੀ ਕਲਾਕਾਰ ਦੀ ਮਾਰਕੀਟ ਦੇ ਵਿੱਚ ਇੱਕ ਜਾਂ ਦੋ ਕੈਸਟਾਂ ਆ ਜਾਂਦੀਆਂ ਨੇ ਤੇ ਸ਼ਾਇਦ ਉਹਦੀ ਇੱਕ ਸਿਆਣੇ ਕਹਿੰਦੇ ਹੁੰਦੇ ਜਾਂ ਆਮ ਇੱਕ ਗੱਲ ਪ੍ਰਚਲਿਤ ਹੈ ਵੀ ਮਜਾਜ ਜੀ ਬਣ ਜਾਂਦੀ ਹੈ ਪਰ ਅਸੀਂ ਦੇਖਦੇ ਹਾਂ ਵੀ 16 17 ਜਾਂ 18 ਦੀ ਗਿਣਤੀ ਦੀਆਂ ਟੇਪਾਂ ਤੋਂ ਬਾਅਦ ਵੀ ਸੁਰਜੀਤ ਭੁੱਲਰ ਅੱਜ ਵੀ ਇੱਕ ਉਹ ਆਮ ਇਨਸਾਨ ਵਾਂਗ ਹੈ ਸਾਰਿਆਂ ਦੇ ਵਿੱਚ ਵਿਚਰਦਾ ਹੈ ਆਪਣੇ ਫੈਨਸ ਨੂੰ ਮਿਲਦਾ ਹੈ ਪਰਿਵਾਰ ਨੂੰ ਟਾਈਮ ਦਿੰਦਾ ਹੈ ਇਹ ਕਿਹੜੀ ਐਸੀ ਇੱਕ ਤਾਕਤ ਹੈ ਜਿਹੜੀ ਤੁਹਾਨੂੰ ਇੱਕ ਆਮ ਇਨਸਾਨ ਬਣਾਈ ਰੱਖਦੀ ਹੈ ਜਿਹੜਾ ਵੀ ਵਿਅਕਤੀ ਕੋਈ ਕੰਮ ਕਰਦੇ ਆ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਔਰ ਅਕਾਲ ਪੁਰਖ ਦੇ ਵਿੱਚ ਭਰੋਸਾ ਰੱਖਦਾ ਕਿ ਜੋ ਵੀ ਕੁਝ ਮੈਂ ਕਰ ਰਿਹਾ ਜੋ ਕੁਝ ਮੈਨੂੰ ਪਰਮਾਤਮਾ ਨੇ ਦਿੱਤਾ ਏ ਉਸ ਦੀ ਬਦੌਲਤ ਆ ਤਾਂ ਫਿਰ ਬੰਦੇ 'ਚ ਹੰਕਾਰ ਨਹੀਂ ਆਉਂਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿਸੇ ਟਾਈਮ 'ਤੇ ਸਾਡੇ 'ਚ ਵੀ ਹੰਕਾਰ ਆ ਜਾਂਦਾ ਜੀ ਆਹ ਮੈਂ ਕੀਤਾ ਫਿਰ ਮੈਂ ਆਪਣੇ ਆਪ ਨੂੰ ਫਿਰ ਬਹੁਤ ਮੈਨੂੰ ਪਛਤਾਵਾ ਹੁੰਦਾ ਮੈਂ ਮਾਲਕ ਤੋਂ ਬੇਨਤੀ ਵੀ ਕਰਦਾ ਕਿ ਕਿਰਪਾ ਬਣਾਈ ਰੱਖਣਾ ਔਰ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਕਿ ਮੈਂ ਕਲਾਕਾਰ ਹਾਂ ਤੁਹਾਡੇ ਨਾਲੋਂ ਮੈਂ ਵਾਖਿਆ ਜਾਂ ਹੋਰ ਕਿਸੇ ਨਾਲੋਂ ਵਾਖਿਆ ਮੈਂ ਵੀ ਇੱਕ ਇਨਸਾਨ ਹਾਂ ਸਾਰੇ ਇਨਸਾਨ ਨੇ ਕਿਸੇ ਨੂੰ ਉਹਨੇ ਕੋਈ ਕਲਾਕਾਰ ਦੇ ਕੇ ਭੇਜਿਆ ਕਿਸੇ ਨੂੰ ਕੋਈ ਕੰਮ ਡਿਊਟੀ ਲਾਈ ਹੋਈ ਹੈ ਪਰਮਾਤਮਾ ਨੇ ਉਹ ਬੰਦਾ ਕਰੀ ਜਾਂਦਾ ਐਵੇਂ ਮਾਣ ਹੋ ਜਾਂਦਾ ਜੀ ਮੈਂ ਕੀਤਾ ਵਧੀਆ ਹੋ ਜੇ ਤਾਂ ਮੈਂ ਕੀਤਾ ਘਟੀਆ ਹੋ ਜੇ ਪਰਮਾਤਮਾ ਨੇ ਮਾੜਾ ਕੀਤਾ ਬਸ ਆਹ ਗੱਲ ਹੁੰਦੀ ਹੈ ਜੀ ਬੰਦਾ ਲਾਮਾ ਬੜੀ ਛੇਤੀ ਦੇ ਦਿੰਦਾ ਹੈ ਪਰਮਾਤਮਾ ਨੂੰ ਜੀ ਭੁੱਲਰ ਸਾਹਿਬ 17 18 ਕੈਸਟਾਂ ਆਈਆਂ ਨੇ ਇਤਨੇ ਗੀਤ ਆਏ ਨੇ ਇਤਨੇ ਮਕਬੂਲ ਗੀਤ ਜਿਹੜੇ ਨੇ ਕਿ ਜਿਹੜੇ ਘਰਾਂ ਦੇ ਵਿੱਚ ਵਜੇ ਨੇ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਇੰਟਰਨੈਟ ਯੂਟਿਊਬ ਦੇ ਉੱਪਰ ਛਾਏ ਹੋਏ ਨੇ ਇਹਨਾਂ ਸਾਰੀਆਂ ਕੈਸਟਾਂ ਦੇ ਵਿੱਚੋਂ ਤੁਹਾਡਾ ਫੇਵਰਟ ਸੌਂਗ ਕਿਹੜਾ ਹੈ ਵੈਸੇ ਤਾਂ ਹੁਣ ਇੰਨੇ ਗੀਤ ਗਾਤੇ ਆ ਸਤਿੰਦਰ ਜੀ ਕਹਿੰਦੇ ਆ ਕਲਾਕਾਰ ਨੂੰ ਗੀਤਕਾਰ ਨੂੰ ਆਪਣਾ ਹਰੇਕ ਗੀਤ ਪੁੱਤਾਂ ਵਾਂਗੂ ਹੁੰਦਾ ਪਰ ਕਈ ਗੀਤ ਜਿਹੜੇ ਹੁੰਦੇ ਆ ਉਹ ਲੋਕਾਂ ਦੀ ਜ਼ੁਬਾਨ 'ਤੇ ਜਿਹੜਾ ਜ਼ਿਆਦਾ ਚੜ੍ਹ ਜਾਂਦੇ ਆਪ ਨੂੰ ਵੀ ਪਿਆਰੇ ਲੱਗਦੇ ਆ ਉਹਨਾਂ ਦੇ ਵਿੱਚ ਗੀਤ ਸੀ ਬੁੱਲੀਆਂ ਨੀ ਤੇਰੀਆਂ ਬੁੱਲੀਆਂ ਸਾਡੇ ਦਿਲ 'ਤੇ ਹਨੇਰੀ ਬਣ ਝੁੱਲੀਆਂ ਜੀ ਅਸੀਂ ਚਾਹਾਂਗੇ ਵੀ ਇਹਦੀਆਂ ਚੰਦ ਲਾਈਨਾਂ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਜ਼ਰੂਰ ਸਾਂਝੀਆਂ ਕਰੋ ਜ਼ਰੂਰ ਜੀ ਹਾਏ ਬੁੱਲੀਆਂ ਨੀ ਤੇਰੀਆਂ ਬੁੱਲੀਆਂ ਬੁੱਲੀਆਂ ਨੀ ਤੇਰੀਆਂ ਬੁੱਲੀਆਂ ਉਹ ਸਾਡੇ ਦਿਲ 'ਤੇ ਹਨੇਰੀ ਬਣ ਝੁੱਲੀਆਂ ਨੀ ਸਦਰਾਂ ਨੂੰ ਲਾਂਬੂ ਲੱਗ ਗਏ ਜਦੋਂ ਸਜ਼ਾ ਦੇਣ ਲਈ ਖੁੱਲੀਆਂ ਬੁੱਲੀਆਂ ਨੀ ਤੇਰੀਆਂ ਬੁੱਲੀਆਂ ਉਹ ਸਾਡੇ ਦਿਲ ਤੇ ਹਨੇਰੀ ਬਣ ਚੁੱਲੀਆਂ ਵਾਹ ਜੀ ਵਾਹ ਭੁੱਲਰ ਸਾਹਿਬ ਬਹੁਤ ਵਧੀਆ ਅੰਦਾਜ਼ ਦੇ ਨਾਲ ਤੁਹਾਡੀ ਜਿਹੜੀ ਇਹ ਪੇਸ਼ਕਾਰੀ ਹੈ ਵਾਕਈ ਕਾਬਿਲੇ ਤਾਰੀਫ਼ ਹੈ
ਪੁਲਿਸ ਨਾਲ ਜਿਵੇਂ ਗੱਲ ਕਰੀਏ ਡੁਇਟ ਗਾਕੀ ਦੀ ਤਾਂ ਬਹੁਤ ਵਧੀਆ ਵਧੀਆ ਗੀਤ ਜਿਹੜੇ ਨੇ ਤੁਹਾਡੇ ਡੁਇਟ ਆਏ ਨੇ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਮਿਹਨਤ ਕੀਤੀ ਹੈ ਤੁਸੀਂ ਇਸ ਡੁਇਟ ਗਾਇਕੀ ਦੇ ਬਾਰੇ ਦੇ ਵਿੱਚ ਤੁਹਾਡਾ ਕੋਈ ਫੇਵਰਟ ਸੌਂਗ ਜਿਹੜਾ ਦੁਗਾਣਿਆਂ ਦੇ ਵਿੱਚ ਹੋਵੇ ਵੈਸੇ ਜਿੱਦਾਂ ਸੋਲੋ ਦੇ ਵਿੱਚ ਮੈਨੂੰ ਚੁਣਨਾ ਮੁਸ਼ਕਲ ਹੋ ਗਿਆ ਸੀ ਨਾ ਵੀ ਸੋਲੋ ਗੀਤ ਮੈਂ ਕਿਹੜਾ ਕਵਾਂ ਸਤਿੰਦਰ ਭਾਜੀ ਨੂੰ ਵੀ ਮੇਰਾ ਆਹ ਫੇਵਰੇਟ ਹੈ ਉਦਾਂ ਹੀ ਡਿਊਟ ਦੇ ਵਿੱਚ ਮੈਂ ਸਮਝ ਸਕਦਾ ਵੀ ਜਿਸ ਤਰ੍ਹਾਂ ਇੱਕ ਮਾਂ ਨੂੰ ਕਹਿ ਦਈਏ ਵੀ ਤੇਰੇ ਚਾਰ ਪੁੱਤਾਂ 'ਚੋਂ ਕਿਹੜਾ ਪੁੱਤ ਜ਼ਿਆਦਾ ਸੋਹਣਾ ਅਤੇ ਉਹਦੇ ਲਈ ਔਖਾ ਹੋ ਜਾਂਦਾ ਇਸੇ ਤਰ੍ਹਾਂ ਡਿਊਟ ਦੇ ਵਿੱਚ ਵੀ ਇੰਨੀਆਂ ਕੁ ਹੁਣ ਕੈਸਟਾਂ ਆ ਗਈਆਂ ਕਿ ਸਾਰੇ ਗੀਤ ਇੰਨੇ ਮਕਬੂਲ ਹੋਏ ਮੇਰਾ ਚਤਰ ਚਲਾਕ ਦਿਲ ਜਾਨੀ ਦੇ ਕੇ 25 ਰੁਪਈਆਂ ਵਾਲੀ ਜਾਨੀ ਰਾਤਾਂ ਦੀ ਮੇਰੀ ਨੀਂਦ ਲੈ ਗਿਆ ਮੁੱਛ ਫੁੱਟ ਗੱਭਰੂ ਨਾਲ ਗੱਲ ਕਿਵੇਂ ਕਰਾਂ ਨਹੀਂ ਮੈਂ ਸਖੀਆਂ ਤੋਂ ਪੁੱਛਦੀ ਫਿਰਾਂ ਪਹਿਲੀ ਟੇਪ ਜਿਹੜੀ ਆਈ ਸੀ ਭਾਟਾ ਜੀ ਨਾਲ ਟੌਰ ਸ਼ਕੀਨੀ ਲਾਈ ਸੋਹਣਿਓ ਕਿੱਥੇ ਤਿਆਰੀ ਆ ਅਸੀਂ ਚੱਲਿਆ ਮੇਲੇ ਵੀ ਤੈਨੂੰ ਕੀ ਬਿਮਾਰੀ ਆ ਅੰਬਰਾਂ ਦਾ ਚੰਨ ਗੋਰੀ ਮੈਂ ਮਤਲਬ ਕਿ ਟਾਈਟਲ ਸੌਂਗ ਵੀ ਗੜਾਵਾਂ ਦੇ ਘੱਟੋ ਘੱਟ 8-10 ਨੇ 8-10 ਹੋ ਜਾਂਦੇ ਆ ਉਹਦੇ ਵਿੱਚ ਇੱਕ ਫੇਵਰੇਟ ਗੀਤ ਚੁਣਨਾ ਪਿਛਲੀ ਮੇਰੀ ਟੇਪ ਜਿਹੜੀ ਮੌਸਮ ਆਈ ਸੀ ਉਹਦੇ ਵਿੱਚ ਇੱਕ ਰੋਮਾਂਟਿਕ ਸੌਂਗ ਸੀ ਉਹ ਮੈਂ ਤੁਹਾਡੀ ਨਜ਼ਰ ਕਰਦਾ ਜੀ 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 ਜ਼ਰੂਰ ਜੀ ਜ਼ਰੂਰ ਹੋ ਰੱਬੀਆਂ ਘੜੀਆਂ ਆਈਆਂ ਨਜ਼ਰਾਂ ਸੀ ਬਹੁਤ ਆਈਆਂ ਕਿਸਮਤ ਨੇ ਰਾਹ ਨਾ ਦਿੱਤਾ ਬੰਤਾਂ ਸੀ ਲੱਖ ਬਣਾਈਆਂ ਬੋਲੀ ਚੱਲ ਬੋਲੀ ਮਿੱਠੀਏ ਮਿੱਠੀਏ ਵਸਲਾਂ ਵਾਲੀ ਵਾਟਨੀ ਸੋਹਣੀਏ ਹੋਰ ਸੁਣਾ ਕੋਈ ਗੱਲ ਬਾਤ ਵੇ ਸੋਹਣਿਆ ਮੁੱਕਣ ਤੇ ਆ ਗਈ ਕਾਲੀ ਰਾਤ ਵਾਹ ਜੀ ਵਾਹ ਪੁੱਲਰ ਸਾਹਿਬ ਵਾਕੇ ਬਹੁਤ ਆਨੰਦ ਆ ਰਿਹਾ ਇਸ ਸ਼ੋਅ ਦੇ ਦੌਰਾਨ ਇੱਕ ਤਾਂ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਸਬੱਬ ਬਣਿਆ ਗੱਲਬਾਤ ਕਰਨ ਦਾ ਸਬੱਬ ਬਣਿਆ ਨਾਲ ਹੀ ਨਾਲ ਤੁਹਾਡੇ ਮੁਖਾਰਬਿੰਦ ਤੋਂ ਜਿਹੜੀ ਇਹ ਗਾਇਕੀ ਛਮ ਛਮ ਵਰਸ ਰਹੀ ਹੈ ਇਹਨੂੰ ਸੁਣਨ ਦਾ ਮੌਕਾ ਮਿਲਿਆ ਕਿਉਂਕਿ ਆਮ ਤੌਰ 'ਤੇ ਟੀ ਵੀ ਚੈਨਲਾਂ ਦੇ ਉੱਪਰ ਜਾਂ ਕਿਤੇ ਖੁੱਲ੍ਹੇ ਅਖਾੜਿਆਂ ਦੇ ਉੱਪਰ ਭੀੜ ਦੇ ਵਿੱਚ ਖੜੋ ਕਰਕੇ ਸੁਰਜੀਤ ਭੁੱਲਰ ਨੂੰ ਸੁਣਨ ਦਾ ਮੌਕਾ ਮਿਲਦਾ ਅੱਜ ਰੂਬਰੂ ਹੋ ਕਰਕੇ ਸੁਣਨ ਦਾ ਮੌਕਾ ਮਿਲ ਰਿਹਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਜੀ ਤੁਸੀਂ TV 84 ਰਾਹੀਂ ਲੋਕਾਂ ਦੇ ਨਾਲ ਮੇਰਾ ਰਾਬਤਾ ਬਣਾਇਆ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਸੁਣ ਰਹੇ ਆ ਉਹਨਾਂ ਵੀ ਸਾਰਿਆਂ ਨੂੰ ਭਰਪੂਰ ਆਨੰਦ ਆ ਰਿਹਾ ਹੋਊਗਾ ਔਰ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਤੁਹਾਡੇ ਰਾਹੀਂ ਉਹਨਾਂ ਦੇ ਰੂਬਰੂ ਹੋ ਰਿਹਾ ਜੀ ਮਿਹਰਬਾਨੀ ਜੀ ਪੁੱਲਰ ਸਾਹਿਬ ਜਿਵੇਂ ਗੱਲ ਕੀਤੀ ਹੈ ਦੇਸ਼ ਵਿਦੇਸ਼ਾਂ ਦੀ ਤਾਂ ਵਿਦੇਸ਼ਾਂ ਦੇ ਵਿੱਚ ਆਪ ਜੀ ਨੇ ਬੜੇ ਟੂਰ ਕੱਢੇ ਨੇ ਇੱਕ ਸਵਾਲ ਮੈਂ ਪੁੱਛਣਾ ਚਾਹਾਂਗਾ ਕਿ ਇੱਥੋਂ ਦੇ ਦਰਸ਼ਕ ਤੇ ਉੱਥੋਂ ਦੇ ਦਰਸ਼ਕਾਂ ਦੇ ਵਿੱਚ ਤੁਸੀਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਵੇਖੋ ਸਤਿੰਦਰ ਜੀ ਫਰਕ ਸਿਰਫ ਇੱਕ ਸਿਸਟਮ ਦਾ ਵਾ ਬਾਕੀ ਉਹੀ ਲੋਕ ਨੇ ਜਿਹੜੇ ਇੱਥੋਂ ਜਾ ਕੇ ਸਾਡੇ ਉਹ ਭਰਾ ਨੇ ਜਿਹੜੇ ਉੱਥੇ ਵਸੇ ਆ ਉੱਥੋਂ ਦੇ ਅਤੇ ਇੱਥੋਂ ਦੇ ਸਰੋਤਿਆਂ ਦੇ ਵਿੱਚ ਇਹ ਫਰਕ ਆ ਇੱਥੇ ਅਸੀਂ ਕੋਈ ਪ੍ਰੋਗਰਾਮ ਪੇਸ਼ ਕਰਨ ਜਾਂਦੇ ਹਾਂ ਤਾਂ ਸਾਡਾ ਟਾਈਮ ਮਿਥਿਆ ਜਾਂਦਾ ਜੀ ਤੁਸੀਂ 12 ਵਜੇ ਸ਼ੁਰੂ ਕਰਨਾ ਅਤੇ ਅਸੀਂ 12 ਵਜੇ 1 ਵਜੇ ਪਹੁੰਚ ਜਾਈਏ ਉੱਥੇ 3 ਵਜੇ ਜਾਂ 4 ਵਜੇ ਜਾ ਕੇ ਭੀੜ ਇਕੱਠੀ ਹੁੰਦੀ ਆ ਮਤਲਬ ਕਿ ਇੱਥੇ ਲੋਕ ਟਾਈਮ ਨੂੰ ਕਦੀ ਸਮੇਂ ਨੂੰ ਆਪਾਂ ਸਮਾਂ ਨਹੀਂ ਸਮਝਦੇ ਬਾਹਰ ਦਾ ਫਰਕ ਇਹੀ ਆ ਸਰੋਤੇ ਸੂਝਵਾਨ ਨੇ ਔਰ ਉਹਨਾਂ ਨੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਉਣਾ ਹੁੰਦਾ ਸ਼ਨੀ ਐਤਵਾਰ ਕਿਉਂਕਿ ਉੱਥੇ ਕੋਈ ਵੀ ਵਿਹਲਾ ਨਹੀਂ ਵੀਕਐਂਡ ਦੇ ਉੱਪਰ ਹੁੰਦਾ ਜਦੋਂ ਦਾ ਟਾਈਮ ਦਿੱਤਾ ਗਿਆ ਕਿ ਆਹ ਸਟੇਜ ਦੇ ਉੱਤੇ ਜਾਣ ਦਾ ਤੁਹਾਡਾ ਟਾਈਮ 8 ਵਜੇ ਤੁਸੀਂ ਪਰਫਾਰਮ ਕਰਨਾ ਜੀ 9 ਵਜੇ ਫਲਾਣੇ ਨੇ ਕਰਨਾ 8 ਤੋਂ 5 ਮਿੰਟ ਵੀ ਉੱਤੇ ਨਹੀਂ ਹੁੰਦਾ ਅਤੇ ਖੁਸ਼ੀ ਇਹ ਹੁੰਦੀ ਆ ਕਿ ਉੱਥੇ ਤੁਹਾਨੂੰ ਇਹ ਨਹੀਂ ਜੀ ਮੈਂ ਵਿਚਕਾਰ ਟਾਈਮ ਲੈਣ 'ਚ ਮੈਨੂੰ ਫਾਇਦਾ ਜਾਂ ਪਹਿਲੋਂ ਜਾਂ ਮਗਰੋਂ ਆਡੀਅੰਸ ਸਾਰੀ ਆਣ ਕੇ ਬੈਠੀ ਹੋਣੀ ਆ ਉਹਨਾਂ ਨੇ ਤੁਹਾਨੂੰ ਸਾਰੇ ਸਿੰਗਰਾਂ ਨੂੰ ਦੇਖ ਕੇ ਜਾਣਾ ਤੁਸੀਂ ਕੀ ਪਰਫਾਰਮ ਕਰਦੇ ਹੋ ਕੀ ਨਹੀਂ ਇਹ ਤੁਹਾਡੇ ਹੱਥ ਵਸ ਆ ਬਾਕੀ ਕੋਈ ਖਾਸ ਫਰਕ ਨਹੀਂ ਜੀ ਉਹ ਵੀ ਪੰਜਾਬੀ ਭਰਾ ਇੱਥੋਂ ਗਏ ਆ ਸਾਰੇ ਉਹੀ ਸਰੋਤੇ ਨੇ ਉਹੀ ਸਾਰਾ ਕੁਝ ਆ ਮੈਂ ਤਾਂ ਜਦੋਂ ਗਿਆ ਸੀ ਜਦੋਂ ਵੀ ਜਾਂਦਾ ਸਟੇਜ ਉੱਦਾਂ ਹੀ ਇੱਥੋਂ ਸ਼ੁਰੂ ਕਰੀਦੀ ਉੱਦਾਂ ਹੀ ਉੱਥੇ ਕਰੀਦੀ ਕੋਈ ਜ਼ਿਆਦਾ ਅੰਤਰ ਨਹੀਂ ਅੰਤਰ ਸਿਰਫ ਇਹ ਆ ਕਿ ਉਹਨਾਂ ਲੋਕਾਂ ਨੂੰ ਸਮੇਂ ਦੀ ਕਦਰ ਦਾ ਪਤਾ ਲੱਗ ਗਿਆ ਇੱਥੋਂ ਜਾ ਕੇ ਕਿ ਉੱਥੇ ਸਮਾਂ ਕੀ ਆ ਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਵਾਕਈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਵੀ ਜਿਹੜਾ ਇਨਸਾਨ ਸਮੇਂ ਦੀ ਕਦਰ ਕਰਨਾ ਜਾਣਦਾ ਹੈ ਅਸਲ ਦੇ ਵਿੱਚ ਉਹੀ ਇਨਸਾਨ ਹੈ ਪੁੱਲਰ ਸਾਹਿਬ ਮੈਂ ਇੱਕ ਗੱਲ ਜਾਣਨਾ ਚਾਹਾਂਗਾ ਕਿ ਸਟੂਡੀਓ ਦੇ ਵਿੱਚ ਪਰਫਾਰਮ ਕਰਨ ਦਾ ਜਾਂ ਫਿਰ ਟੀਵੀ ਦੇ ਉੱਪਰ ਜਾਂ ਫਿਰ ਖੁੱਲ੍ਹੇ ਅਖਾੜਿਆਂ ਦੇ ਵਿੱਚ ਪਰਫਾਰਮ ਕਰਨਾ ਜ਼ਿਆਦਾ ਮਜ਼ਾ ਕਿਹਦੇ ਵਿੱਚ ਆਉਂਦਾ ਹੈ ਸਮਾਂ ਸਤਿੰਦਰ ਜੀ ਬਹੁਤ ਤੇਜ਼ੀ ਨਾਲ ਚੇਂਜ ਹੋ ਰਿਹਾ ਸਾਡੇ ਤੋਂ ਪਹਿਲਾਂ ਜਿਹੜੇ ਗਾਇਕ ਸਟੂਡੀਓ ਵਿੱਚ ਗਾਉਂਦੇ ਸੀ ਉਹਨਾਂ ਦਾ 1 ਟੇਕ ਜਿਹੜਾ ਮਤਲਬ ਕਿ ਰਿਕਾਰਡਿੰਗ ਹੁੰਦੀ ਸੀ ਸਾਰੇ ਸਜਿੰਦੇ ਬਹਿ ਜਾਂਦੇ ਸੀ ਚਲੋ ਜੀ ਗਾਣਾ ਗਾਓ ਜੇ ਗਾਣੇ 'ਚ ਕਿਤੇ ਪ੍ਰੋਬਲਮ ਆਈ ਤੇ ਸਾਰੇ ਦਾ ਸਾਰਾ ਗਾਣਾ ਦੁਬਾਰਾ ਸ਼ੁਰੂ ਹੋਊਗਾ ਸ਼ੁਰੂ ਤੋਂ ਹੁੰਦਾ ਸੀਗਾ ਹੁਣ ਟਾਈਮ ਇਹੋ ਜਿਹਾ ਆ ਗਿਆ ਤੁਸੀਂ ਇੱਕ ਲਾਈਨ ਡੱਬ ਕਰਦੇ ਹੋ ਉਹਦੇ ਵਿੱਚ ਇੱਕ ਲਫ਼ਜ਼ ਗਲਤ ਹੋ ਗਿਆ 2 ਹੋ ਗਏ ਸੁਰ ਚੜ ਗਿਆ ਵੱਧ ਗਿਆ ਘੱਟ ਗਿਆ ਤੁਹਾਡੇ ਕੋਲ ਸਾਰੀਆਂ ਆਪਸ਼ਨਾਂ ਨੇ ਜਿੱਥੋਂ ਮਰਜ਼ੀ ਕੱਟ ਲਾ ਕੇ ਤੁਸੀਂ ਰਿਕਾਰਡਿੰਗ ਕਰ ਸਕਦੇ ਹੋ ਸਟੂਡੀਓ ਦੀ ਗੱਲ ਹੈ ਚਲ ਬੰਦਿਸ਼ ਹੁੰਦੀ ਆ ਸਟੂਡੀਓ ਦੇ ਵਿੱਚ ਕਿ ਆਪਾਂ ਨੂੰ ਕਿਸੇ ਦਾਇਰੇ 'ਚ ਰਹਿ ਕੇ ਗਾਉਣਾ ਪੈਂਦਾ ਲਾਈਵ ਦੇ ਵਿੱਚ ਤੁਸੀਂ ਜਿਹੜੀ ਚੀਜ਼ ਇੱਕ ਤਰ੍ਹਾਂ ਕਰਦੇ ਜਾਂਦੇ ਹੋ ਤੁਹਾਡੇ ਤੋਂ ਵਧੀਆ ਸ਼ਬਦ ਬੋਲੇ ਗਏ ਘਟੀਆ ਬੋਲੇ ਗਏ ਉਹਨੂੰ ਦੁਬਾਰਾ ਤੁਸੀਂ ਵਾਪਸ ਨਹੀਂ ਲੈ ਸਕਦੇ ਤੋਲ ਮਿਣ ਕੇ ਉੱਥੇ ਵੀ ਬੋਲਣਾ ਪੈਂਦਾ ਪਰ ਉੱਥੇ ਖੁੱਲ੍ਹੇ ਅਖਾੜੇ ਦੇ ਵਿੱਚ ਆਪਣਾ ਮਜ਼ਾ ਹੁੰਦਾ ਵਾ ਕਿਉਂਕਿ ਲੋਕ ਤੁਹਾਡੇ ਨਾਲ ਸਿੱਧੇ ਜੁੜੇ ਹੁੰਦੇ ਆ ਜੀ
ਉਹਨਾਂ ਦੀਆਂ ਤਾੜੀਆਂ ਨੇ ਤੁਹਾਨੂੰ ਆਕਸੀਜਨ ਦੇਣੀ ਹੁੰਦੀ ਆ। ਤੁਸੀਂ ਕੀ ਕਰ ਰਹੇ ਹੋ, ਸਾਰਾ 2.5 ਘੰਟਿਆਂ 'ਚ ਪਤਾ ਲੱਗ ਜਾਂਦਾ ਵੀ ਮੈਂ ਕੀ ਵਧੀਆ ਕੀਤਾ ਕੀ ਘਟੀਆ ਕੀਤਾ। ਲਾਈਵ ਦਾ ਸਟੂਡੀਓ ਦਾ ਇਹੀ ਅੰਤਰ ਆ, ਬਾਕੀ ਸਟੂਡੀਓ ਬੰਦਾ ਸਟੂਡੀਓ ਦੇ ਵਿੱਚ ਗਾਉਂਦਾ ਹੈ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ, ਲਾਈਵ ਦਾ ਵੀ ਅੱਜ ਕੱਲ੍ਹ ਉਹੀ ਸਿਸਟਮ ਹੈ। ਜੇ ਤੁਸੀਂ ਲਾਈਵ ਦੇ ਵਿੱਚ ਵਧੀਆ ਪਰਫਾਰਮ ਕਰੋਗੇ ਤਾਂ ਅੱਜ ਕੱਲ੍ਹ ਸ਼ੋਅ ਬਿਜ਼ਨਸ ਆ ਹਰੇਕ ਬੰਦੇ ਦਾ, ਤੁਸੀਂ ਵਧੀਆ ਉੱਥੇ ਪਰਫਾਰਮ ਕਰਕੇ ਆ ਰਹੇ ਹੋ, ਤੁਹਾਨੂੰ ਇੱਕ ਪ੍ਰੋਗਰਾਮ ਤੋਂ 4 ਪ੍ਰੋਗਰਾਮ ਵੀ ਮਿਲਦੇ ਆ ਵੀ ਇਸ ਸਿੰਗਰ ਨੂੰ ਕਰਨਾ ਇੰਨੇ ਵਧੀਆ ਗਾਇਆ ਸੀ। ਜੀ ਬਿਲਕੁਲ ਠੀਕ, ਬਾਕੀ ਲਾਈਵ ਦਾ ਆਪਣਾ ਮਜ਼ਾ ਜੀ, ਜੀ ਕਰਦਾ ਕਈ ਵਾਰ ਗਾਉਂਦੇ ਰਹੀਏ ਜੇ ਕੋਈ ਸੁਣਦਾ ਹੋਵੇ। ਵਾਕਿਆ ਸਹੀ ਗੱਲ ਹੈ ਜੀ, ਇਹ ਤਾਂ ਗੱਲ ਹੈ ਜੀ। ਬਾਕੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਵੀ ਜਿਹੜੀ ਦਰਸ਼ਕਾਂ ਵੱਲੋਂ ਆਈਆਂ ਹੋਈਆਂ ਰਿਕਾਰਡ ਦੀਆਂ ਤਾੜੀਆਂ ਨੇ ਉਹ ਕਲਾਕਾਰ ਦੇ ਲਈ ਆਕਸੀਜਨ ਦਾ ਕੰਮ ਕਰਦੀਆਂ ਨੇ। ਪੁਰਰ ਸਾਹਿਬ, ਹਰ ਵਰਗ ਜਿਵੇਂ ਕਿ ਮੈਂ ਦੱਸਿਆ ਕਿ ਉਹ ਤੁਹਾਡੀਆਂ ਕੈਸਟਾਂ ਸੁਣਦਾ, ਤੁਹਾਡੇ ਗਾਣਿਆਂ ਨੂੰ ਸੁਣਦਾ, ਪਿਆਰ ਬਖਸ਼ ਕਰਦਾ ਹੈ। ਸੁਰਜੀਤ ਭੁੱਲਰ ਕਿਹਦੀ ਕੈਸਟ ਸੁਣਦਾ? ਮੈਂ ਵਧੀਆ ਗੀਤ ਮੈਨੂੰ ਕਿਤੋਂ ਵੀ ਸੁਣ ਲਈ ਮਿਲੇ, ਮੈਂ ਆਸ਼ਕ ਹੁੰਦਾ ਕਿ ਚਾਹੇ ਉਹ ਨਵੇਂ ਸਿੰਗਰਾਂ ਦਾ ਹੋਵੇ ਚਾਹੇ ਪੁਰਾਣੇ ਦਾ। ਪੁਰਾਣਿਆਂ ਦੇ ਵਿੱਚੋਂ ਮੈਂ ਸਦੀਕ ਸਾਹਿਬ ਨੂੰ ਬਹੁਤ ਸੁਣਿਆ ਡਿਊਟ ਦੇ ਵਿੱਚ, ਚਮਕੀਲਾ ਜੀ ਨੂੰ ਬਹੁਤ ਸੁਣਿਆ ਡਿਊਟ ਦੇ ਵਿੱਚ, ਸੋਲੋ ਦੇ ਵਿੱਚ ਮਾਨਕ ਸਾਹਿਬ ਨੂੰ, ਗੁਰਦਾਸ ਮਾਨ ਜੀ ਨੂੰ, ਇਹਨਾਂ ਨੂੰ ਸਾਰਿਆਂ ਨੂੰ ਪੂਰਾ ਸੁਣਿਆ ਮੈਂ ਕਿ ਗੀਤ। ਸਾਜ਼ ਵੱਜਣ ਤੋਂ ਮੈਨੂੰ ਪਤਾ ਲੱਗ ਜਾਂਦਾ ਕਿ ਫਲਾਣਾ ਗੀਤ ਮਾਨਕ ਸਾਹਿਬ ਦਾ ਆ ਰਿਹਾ ਜਾਂ ਚਮਕੀਲੇ ਦਾ ਫਲਾਣਾ ਗੀਤ ਜਿਹੜਾ ਚੱਲਣ ਲੱਗਿਆ ਤਕਰੀਬਨ, ਭਾਵੇਂ ਉਹਨਾਂ ਦੀਆਂ ਜਿੰਨੀਆਂ ਮਰਜ਼ੀ ਟੇਪਾਂ ਆਈਆਂ ਹੋਣ। ਅਤੇ ਮੈਂ ਇੱਕ ਇਹ ਵੀ ਸੋਚਦਾ ਕਿ ਹਰੇ ਹਮੇਸ਼ਾ ਸੁਣਨ ਵਾਲਾ ਬੰਦਾ ਜਿਹੜਾ ਵਾ, ਬਹੁਤ ਸੁਣਨ ਵਾਲਾ ਜਿਹੜਾ ਨੇੜਿਓਂ ਸੁਣਦਾ ਵਾ, ਉਹੀ ਵੱਡਾ ਕਲਾਕਾਰ ਬਣਦਾ। ਸੁਣਨਾ ਸਿੱਖਣ ਦੇ ਬਰਾਬਰ ਆ, ਸਿੱਖਣਾ ਤਾਂ ਬਹੁਤ ਜ਼ਰੂਰੀ ਆ ਪਰ ਸੁਣ ਕੇ ਬੰਦਾ ਬਹੁਤ ਕੁਛ ਸਿੱਖਦਾ। ਮੈਂ ਆਪਣੀ ਜ਼ਿੰਦਗੀ ਦੇ ਤੱਤ ਕੱਢੇ ਆ, ਬੰਦਾ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰਦਾ ਅਤੇ ਉਹਦੇ ਵਿੱਚ ਜ਼ਰੂਰ ਰੂਹਾਂ ਪ੍ਰਵੇਸ਼ ਕਰ ਜਾਂਦੀਆਂ ਜਦੋਂ ਆਪਾਂ ਇੰਨਾ ਸੁਣਦੇ ਕਿਸੇ ਨੂੰ ਮਾਣਦੇ ਹਨ। ਤਾਂ ਮੈਨੂੰ ਐਂ ਲੱਗਦਾ ਉਹ ਬੰਦੇ ਤੁਹਾਡੀ ਪਿੱਠ 'ਤੇ ਆਣ ਕੇ ਖਲੋ ਜਾਂਦੇ ਵੀ ਘਰ ਭੇਜ ਦੂ ਕਰਨਾ, ਜੋ ਵੀ ਕਰੇਗਾ ਤੇਰੇ ਮਗਰ। ਕਿਆ ਬਾਤ ਹੈ ਜੀ, ਬਹੁਤ ਅੱਛੀ ਸੋਚ ਰੱਖਦੇ ਹੋ ਜੀ। ਸੋ ਜੀ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਇੱਕ ਨਜ਼ਰ ਤੇ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮਸ਼ਹੂਰ ਗਾਇਕ ਸੁਰਜੀਤ ਭੁੱਲਰ ਜੀ। ਭੁੱਲਰ ਸਾਹਿਬ, ਤੁਹਾਡਾ ਇੱਕ ਸੌਂਗ ਆਇਆ ਸੀਗਾ ਕਲਰ ਬਲੈਕ, ਜਿਹੜਾ ਕਿ ਦਰਸ਼ਕਾਂ ਨੇ ਉਹਨੂੰ ਇੰਨਾ ਕੁ ਪਿਆਰ ਬਖਸ਼ਿਆ ਕਿ ਹਰ ਪਾਸੇ ਭਾਵੇਂ ਤੁਸੀਂ ਇੰਟਰਨੈਟ ਦੇਖ ਲਓ, ਯੂਟਿਊਬ ਦੇਖ ਲਓ, ਮੋਬਾਈਲਾਂ 'ਚ ਦੇਖ ਲਓ, ਟੀ ਵੀ ਚੈਨਲ 'ਚ ਦੇਖ ਲਓ, ਕਲਰ ਬਲੈਕ ਸੌਂਗ ਜਿਹੜਾ ਹੈ ਉਹੀ ਨਜ਼ਰ ਆਉਂਦਾ ਸੀਗਾ ਔਰ ਦਰਸ਼ਕਾਂ ਨੇ ਉਹਨੂੰ ਬਹੁਤ ਭਰਮਾ ਔਰ ਭਰਪੂਰ ਪਿਆਰ ਦਿੱਤਾ। ਮੈਂ ਚਾਹਾਂਗਾ ਵੀ ਉਹਦੀਆਂ ਚੰਦ ਲਾਈਨਾਂ ਜਿਹੜੀਆਂ ਨੇ ਤੁਸੀਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰੋ। ਜ਼ਰੂਰ ਜੀ, ਬਹੁਤ ਪਿਆਰ ਸੋਲੋ ਗੀਤਾਂ ਦੇ ਵਿੱਚ ਬੜੀ ਦੇਰ ਬਾਅਦ ਇਸ ਮੇਰੇ ਗੀਤ ਨੂੰ ਪਿਆਰ ਮਿਲਿਆ। ਡਿਊਟ ਤਾਂ ਮੈਂ ਬੜੇ ਗਾਏ, ਹਿੱਟ ਹੋਏ, ਸੋਲੋ ਵੀ ਹਿੱਟ ਹੋਏ ਪਹਿਲੋਂ, ਪਰ ਇਹ ਬੜੇ ਦੇਰ ਬਾਅਦ ਇਹ ਗੀਤ ਸੀ ਜਿਹੜਾ ਮੇਰਾ ਡੀਜੇ ਤੇ ਚੱਲਿਆ ਔਰ ਮੈਨੂੰ ਲੋਕਾਂ ਨੇ ਜਦੋਂ ਦੱਸਿਆ ਵੀ ਤੁਹਾਡਾ ਗਾਣਾ ਬਹੁਤ ਵੱਜ ਰਿਹਾ ਸੀ ਇੱਧਰ ਵੀ ਉੱਧਰ ਵੀ, ਮੈਂ ਉਹਨਾਂ ਚਿਰ ਯਕੀਨ ਨਹੀਂ ਕੀਤਾ ਜਿੰਨਾ ਚਿਰ ਮੈਂ ਆਪਣੇ ਕੰਨੀ ਨਹੀਂ ਸੁਣਿਆ, ਕਿਸੇ 3-wheeler 'ਚ ਵੱਜਦਿਆਂ, ਕਿਸੇ ਟ੍ਰੈਕਟਰ 'ਤੇ ਵੱਜਦਿਆਂ, ਪਰ ਬਹੁਤ ਮਜ਼ਾ ਆਉਂਦਾ ਜੀ ਤੁਹਾਡੇ ਨਜ਼ਰ ਕਰਦਾ ਉਹ ਲਾਈਨਾਂ ਜੀ। ਹੋ ਟੌਰ ਤੇ ਸ਼ੁਕੀਨੀ ਲਾ ਕੇ ਰੱਖਾਂ ਸੋਹਣੀਏ, ਨੀ ਅੰਬਰਾਂ 'ਚੋਂ ਲਾਲਾਂ ਜਿਹਨੂੰ ਤੱਕਾਂ ਸੋਹਣੀਏ, ਇਹ ਕਾਲਾ ਰੰਗ ਰੱਬ ਦੀ ਹੈ ਦੇਣ ਅੱਲੜੇ ਜੱਟ, ਰੱਬ ਨਾਲ ਨਾਰਾਜ਼ ਕਦੇ ਹੋ ਨਹੀਂ ਸਕਦਾ, ਉਹ ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ ਜੇਠ, ਹਾੜ ਦੀਆਂ ਧੁੱਪਾਂ ਵਿੱਚ ਝੋ ਨਹੀਂ ਸਕਦਾ, ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦਾ ਹੈ ਨੱਡੀ, ਮੁੜ ਕੇ ਨਾ ਵੇਖੇ ਵੀ ਹੋ ਨਹੀਂ ਸਕਦਾ। ਵਾਹ ਜੀ ਵਾਹ ਭੁੱਲਰ ਸਾਹਿਬ, ਵਾਕਈ ਜਿੰਨਾ ਸੁਣਿਆ ਸੀਗਾ ਇਸ ਗੀਤ ਦੇ ਬਾਰੇ ਦੇ ਵਿੱਚ, ਅੱਜ ਕਲੋਜ਼ ਦੀ ਉਸ ਗਾਣੇ ਨੂੰ ਸੁਣ ਰਹੇ ਹੋ, ਵਾਕਈ ਲੱਗਦਾ ਵੀ ਬੜੀ ਸ਼ਿੱਦਤ ਔਰ ਬੜੀ ਮਿਹਨਤ ਦੇ ਨਾਲ ਇਸ ਗੀਤ ਨੂੰ ਤਿਆਰ ਕੀਤਾ ਹੋਇਆ, ਤਾਂ ਹੀ ਜਿਹੜਾ ਇਹ ਗੀਤ ਜਿਹੜਾ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਵੱਜ ਰਿਹਾ, ਟਰੈਕਟਰਾਂ ਦੇ ਵਿੱਚ ਵੱਜ ਰਿਹਾ, ਮੋਬਾਈਲਾਂ ਦੇ ਵਿੱਚ ਵੱਜ ਰਿਹਾ ਔਰ ਯੂਟਿਊਬ ਇੰਟਰਨੈਟ 'ਤੇ ਤਾਂ ਇਹਦੀ ਹੋੜ ਲੱਗੀ ਹੋਈ ਹੈ। ਵਾਕਈ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ। ਭੁੱਲਰ ਸਾਹਿਬ, ਅੱਜ ਕੱਲ੍ਹ ਇੱਕ ਹੋਰ ਬੜਾ ਇੱਕ ਦੌਰ ਚੱਲਿਆ ਹੋਇਆ ਵੀ ਜਿਹੜਾ ਵੀ ਸਿੰਗਰ 1-2 ਕੈਸਟਸ ਕੱਢਦਾ ਆ ਉਹ ਫਿਲਮ ਵਾਲੇ ਪਾਸੇ 'ਚ ਚਲਾ ਜਾਂਦਾ, ਠੀਕ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਹੈ ਇਸ ਵੇਲੇ ਗਰੋਥ ਕਰ ਰਹੀ ਹੈ, ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੁਰਜੀਤ ਭੁੱਲਰ ਨੂੰ ਵੀ ਇੱਕ ਵੱਡੀ ਸਿਲਵਰ ਸਕਰੀਨ ਦੇ ਉੱਪਰ ਦੇਖ ਸਕਾਂਗੇ? ਵੇਖੋ ਫਿਲਹਾਲ ਤੇ ਨਾਮ ਅਜੇ ਤੱਕ ਮੇਰੇ ਨਾਲ ਕਦੀ ਕਿਸੇ ਨੇ ਇਸ ਬਾਰੇ ਰਾਬਤਾ ਕੀਤਾ ਸਤਿੰਦਰ ਜੀ ਵੀ ਤੁਸੀਂ ਸਾਡੀ ਫਿਲਮ 'ਚ ਆਓ ਕੰਮ ਕਰੋ, ਔਰ ਮੈਂ ਬੜਾ ਸਪਸ਼ਟਵਾਦੀ ਬੰਦਾ, ਮੈਂ ਕਦੀ ਬਿਨਾਂ ਗੱਲੋਂ ਇਹ ਤਾਂ ਨਹੀਂ ਮੈਂ ਕਹਿੰਦਾ ਮੈਂ ਜ਼ਿੰਦਗੀ 'ਚ ਕਦੀ ਝੂਠ ਹੀ ਨਹੀਂ ਬੋਲਿਆ, ਔਰ ਬਿਨਾਂ ਗੱਲੋਂ ਮੈਂ ਝੂਠ ਨਹੀਂ ਬੋਲਦਾ ਹੁੰਦਾ ਜੀ। ਮੇਰੇ ਤੋਂ ਬਹੁਤ ਬੰਦੇ ਆਏ ਸੀ ਫਿਲਮਾਂ ਬਣਾਉਣ ਲਈ, ਮੈਂ ਉਹਨਾਂ ਨੂੰ ਮਨ੍ਹਾ ਕਰਤਾ ਜੀ, ਨਾ ਕਰਤੀ, ਨਾ ਮੇਰੇ ਕੋਲ ਕਿਸੇ ਨੇ ਪਹੁੰਚ ਕੀਤੀ। ਡਿਊਟ ਸੌਂਗ ਮੈਂ 2 ਮਜਾਜਨ ਫਿਲਮ ਜ਼ਰੂਰ ਗਾਏ ਸੀ। ਜਿਹੜੀ ਤੁਸੀਂ ਗੱਲ ਕੀਤੀ ਕਲਾਕਾਰਾਂ ਦੀ ਵੀ 1-2 ਟੇਪਾਂ ਆਉਂਦੀਆਂ ਤਾਂ ਫਿਲਮਾਂ ਵੱਲ ਭੱਜਦੇ ਆ, ਮੈਂ ਸਾਰਿਆਂ ਨੂੰ ਨਹੀਂ ਕਹੂੰਗਾ ਪਰ ਜਿਹਨੂੰ ਕਰਨਾ ਆਉਂਦਾ, ਜਿਹਦੇ ਵਿੱਚ ਕਲਾ ਹੈਗੀ ਆ, ਉਹਨੂੰ ਜ਼ਰੂਰ ਕਰਨਾ ਚਾਹੀਦਾ ਵਾ। ਜਿਸ ਤਰ੍ਹਾਂ ਸਾਡੇ ਬੜੇ ਸਟਾਰ
ਸਾਡੇ ਵੀਰ ਨੇ, ਦਲਜੀਤ ਭਾਜੀ ਨੇ, ਅਮਰਿੰਦਰ ਗਿੱਲ ਜੀ ਨੇ, ਹੋਰ ਵੀ ਕਈ ਸਿੰਗਰ ਗਿੱਪੀ ਆ, ਸਾਰੇ ਸਾਡੇ ਵੀਰ ਨੇ। ਇਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਆਪਦਾ ਲੋਹਾ ਬਣਵਾਇਆ ਉਹ ਬੜੀ ਇੱਕ ਵਧੀਆ ਗੱਲ ਹੈ, ਆਪਣੇ ਆਪ ਨੂੰ ਵਧੀਆ ਲੱਗਦਾ। ਇਹ ਨਹੀਂ ਜ਼ਰੂਰੀ ਵੀ ਸਾਨੂੰ ਕਰਨਾ ਨਹੀਂ ਆਉਂਦਾ, ਅਸੀਂ ਕਿਸੇ ਨੂੰ ਕਹੀਏ ਯਾਰ ਐਵੇਂ ਹੀ, ਪਰ ਕੁਝ ਕੁ ਬੰਦੇ ਜਿਹੜੇ ਵੈਸੇ ਇੱਕ ਦੂਜੇ ਵੇਖ ਕੇ ਰਾਤੋ ਰਾਤ ਕਲਾਕਾਰ ਦੇ ਨਾਲ ਨਾਲ ਐਕਟਰ ਬਣਨਾ ਚਾਹੁੰਦੇ ਆ, ਮੈਂ ਉਹਨਾਂ ਦਾ ਨਾਂ ਨਹੀਂ ਲਊਂਗਾ, ਨਾ ਆਪਣਾ ਨੁਕਸਾਨ ਵੀ ਕਰਾਇਆ। ਬੰਦੇ ਨੂੰ ਹਰੇਕ ਗੱਲ ਵਿੱਚ ਪਰਪੱਕ ਹੋਣਾ ਜ਼ਰੂਰੀ ਆ। ਮੈਨੂੰ ਪਤਾ ਵਾ ਵੀ ਜਿਹੜੇ ਗਾਇਕੀ ਮੈਨੂੰ ਰੋਟੀ ਦਿੰਦੀ ਆ, ਜੇ ਮੈਂ ਦੋ ਕੰਮ ਕਰੂੰਗਾ ਤੇ ਮੈਂ ਇੱਧਰੋਂ ਵੀ ਨਾ ਜਾਵਾਂ, ਫਿਰ ਮੈਂ ਆਪਣੇ ਗੀਤਾਂ ਤੇ ਫੋਕਸ ਕਰੂੰਗਾ, ਗਾਇਕੀ ਤੇ ਫੋਕਸ ਕਰੂੰਗਾ ਕਿ ਮੈਂ ਇੰਨੀ ਕਰਤੂਤ ਦਾ ਮਾਲਕ ਹਾਂ ਤੇ ਇਹ ਕੰਮ ਕਰੂੰਗਾ। ਫਿਲਮ ਜੇ ਮੈਨੂੰ ਕੋਈ ਮਿਲੀ ਵੀ ਤੇ ਪਹਿਲੀ ਫਿਲਮ ਦੇ ਵਿੱਚ ਮੈਂ ਕਦੀ ਹੀ ਰੋ ਨਹੀਂ ਆਊਂਗਾ, ਮੈਂ ਕੋਈ 10 ਜਾਂ 5, 7, 10 ਮਿੰਟ ਦਾ ਰੋਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਮੈਂ ਕਰ ਸਕਦਾ, ਫਿਰ ਉਦੋਂ ਬਾਅਦ ਮੈਂ ਅਗਲਾ ਜਿਹੜਾ ਵਾ ਕਦਮ ਚੁੱਕੂੰਗਾ ਕਿ ਇਹ ਗੱਲ ਮੇਰੇ ਵੱਸਦੀ ਹੈ। ਬਾਕੀ ਕੋਈ ਵੀ ਕਰਦਾ, ਮੇਰੀ ਕਿਸੇ ਨਾਲ ਕੋਈ ਈਰਖਾ ਨਹੀਂ, ਜਿਹੜੇ ਬੰਦੇ ਕਰਦੇ ਮੈਂ ਤੁਹਾਨੂੰ ਦੱਸਿਆ, ਜਿਹੜੇ ਸਟਾਫ ਨੇ ਉਹਨਾਂ ਦੀ ਸਾਨੂੰ ਖੁਸ਼ੀ ਹੁੰਦੀ ਆ। ਜਿਹੜੇ ਵੇਖ ਸਵੇਖੀ ਇੱਕ ਦੂਜੇ ਵੇਲੇ ਕੰਮ ਕਰਦੇ, ਮੈਂ ਕਹਿੰਦਾ ਕਿ ਕਈ ਬੜੇ ਸਾਡੇ ਸਟਾਰ ਸਿੰਗਰ ਨੇ, ਉਹਨਾਂ ਨੂੰ ਗਾਇਕੀ ਤੇ ਫੋਕਸ ਕਰਨਾ ਚਾਹੀਦਾ ਵਾ, ਤੇ ਬਾਕੀ ਜੇ ਕੋਈ ਕਰ ਸਕਦਾ ਤੇ ਸੋਨੇ ਤੇ ਸੁਹਾਗਾ, ਜੇ ਵਧੀਆ ਕਰਦਾ ਤੇ ਉਹ ਬਹੁਤ ਵਧੀਆ ਗੱਲ ਆ। ਕਿਉਂਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਉਹਨਾਂ ਨੂੰ ਵੀ ਬੜਾ ਸਾਡਾ ਮਾਣ ਵੱਧਦਾ ਵਾ, ਤੇ ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਕਿ ਵੱਡੇ ਸਟਾਰ ਬਣਨ, ਕਿਉਂਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਜਿੱਦਾਂ ਚਰਚਾ, ਪਹਿਲਾਂ ਪੰਜਾਬੀ ਫਿਲਮ ਨੂੰ ਦੇਖਣ ਕੋਈ ਸਿਨੇਮੇ ਤੱਕ ਜਾਂਦਾ ਹੀ ਨਹੀਂ ਸੀ ਜੀ, ਬਿਲਕੁਲ। ਅੱਜ ਉੱਥੇ ਭੀੜ ਇਕੱਠੀ ਹੁੰਦੀ ਆ, ਅੱਜ ਮੈਨੂੰ ਐਂ ਲੱਗਦਾ ਹਿੰਦੀ ਫਿਲਮਾਂ ਪੰਜਾਬ 'ਚ ਉਨੀ ਭੀੜ ਇਕੱਠੀ ਨਹੀਂ ਕਰਦੀਆਂ ਜਿੰਨੀਆਂ ਪੰਜਾਬੀ ਕਰਦੀਆਂ, ਬਿਲਕੁਲ। ਤੇ ਬੜੀ ਵਧੀਆ ਗੱਲ ਆ, ਜੇ ਕੋਈ ਕਰਦਾ ਤਾਂ ਸਾਡੀ ਮੇਰੀਆਂ ਤਾਂ ਸ਼ੁਭਇੱਛਾਵਾਂ ਉਹਨਾਂ ਦੇ ਨਾਲ ਨੇ ਜੀ। ਬਹੁਤ ਵਧੀਆ ਜੀ, ਪੰਜਾਬੀ ਅਤੇ ਪੰਜਾਬੀ ਅਤੇ ਮਾਣ ਦੀ ਗੱਲ ਕਰ ਰਹੇ ਨੇ ਸੁਰਜੀਤ ਭੁੱਲਰ ਜੀ। ਭੁੱਲਰ ਸਾਹਿਬ, ਗੱਲ ਕਰੀਏ ਅੱਜ ਕੱਲ੍ਹ ਦੀ ਗਾਇਕੀ ਦੀ, ਤੇ ਤੁਹਾਡੇ ਮੁਤਾਬਕ ਅੱਜ ਕੱਲ੍ਹ ਦੀ ਗਾਇਕੀ ਕਿੱਥੇ ਸਟੈਂਡ ਕਰਦੀ ਹੈ? ਗਾਇਕੀ ਤਾਂ ਸਤਿੰਦਰ ਜੀ ਸਦਾ ਗਾਇਕੀ ਆ, ਉਹ ਸਟੈਂਡ ਕਰੂਗੀ। ਵਧੀਆ ਗਾਉਣ ਵਾਲੇ ਸਿੰਗਰ ਅੱਜ ਵੀ ਖੜੇ ਰਹਿਣਗੇ। ਤੁਸੀਂ ਕਈ ਗੀਤ ਦੇਖਦੇ ਹੋ ਰਾਤੋ ਰਾਤ, ਉਹਨਾਂ ਨੂੰ ਪਤਾ ਨਹੀਂ ਕਰੋੜ ਕਰੋੜ ਵਿਊ ਵੀ ਹੁੰਦੇ ਆ, ਪਤਾ ਨਹੀਂ ਉਹ ਕਿਸ ਢੰਗ ਨਾਲ ਹੁੰਦੇ ਕਿੱਦਾਂ ਨਹੀਂ, ਮੈਂ ਕਿਸੇ ਬਾਰੇ ਜ਼ਿਕਰ ਨਹੀਂ ਕਰਨਾ, ਪਰ 5-5 ਸਾਲ ਬਾਅਦ ਉਹ ਤੁਹਾਨੂੰ ਬੰਦਾ ਨਹੀਂ ਲੱਭਦਾ ਕੋਈ ਵੀ ਆਹ ਗਾਣਾ ਫਲਾਨਾ ਬੰਦਾ ਗਾ ਕੇ ਗਿਆ ਸੀ। ਇੱਕ ਗੀਤ ਨੂੰ ਹਿੱਟ ਕਰਨਾ ਜਾਂ ਇੱਕ ਗੀਤ ਕੁਦਰਤੀ ਹਿੱਟ ਹੋਣਾ ਜਾਂ ਸਰੋਤਿਆਂ ਦਾ ਪਿਆਰ ਮਿਲਣਾ ਬੜੀ ਵੱਡੀ ਗੱਲ ਆ, ਪਰ ਮੈਂ ਕਹਿੰਦਾ ਕਿ ਨੀਵੇਂ ਹੋ ਕੇ ਚੱਲੋਗੇ, ਵਧੀਆ ਗਾਓਗੇ ਤੇ ਸਦਾ ਬਹਾਰ ਕਲਾਕਾਰ ਬਣੋਗੇ। ਕਈ ਸਿੰਗਰਾਂ ਦਾ ਮੈਂ ਜ਼ਿਕਰ ਕਰੂੰਗਾ ਅੱਜ ਵੀ ਉੱਥੇ ਹੀ ਖੜੇ ਨੇ, ਉਹਨਾਂ ਨੂੰ 20-25 ਗੁਰਦਾਸ ਜੀ ਨੂੰ 35 ਸਾਲ ਵੀ ਹੋ ਗਏ ਗਾਉਂਦੇ ਨੂੰ, ਸਦੀਕ ਸਾਹਿਬ ਨੂੰ 40 ਸਾਲ ਹੋ ਗਏ, ਅੱਜ ਵੀ ਸਦੀਕ ਸਾਹਿਬ ਦੇ ਉਨੇ ਹੀ ਖੜੇ ਲੱਗਦੇ ਜਿੰਨੇ ਉਦੋਂ ਲੱਗਦੇ ਸੀ, ਅੱਜ ਵੀ ਗੁਰਦਾਸ ਭਾਜੀ ਦੇ ਉਨੇ ਹੀ ਪ੍ਰੋਗਰਾਮ ਲੱਗਦੇ ਜਿੰਨੇ ਪਹਿਲਾਂ ਲੱਗਦੇ ਸੀ, ਅੱਜ ਹੀ ਵਾਰਸ ਭਾਜੀ ਹੋਣਾ ਦੇ ਉਨੇ ਪ੍ਰੋਗਰਾਮ ਲੱਗਦੇ ਜਿੰਨੇ ਪਹਿਲਾਂ ਲੱਗਦੇ ਸੀ। ਜਿਹੜੀ ਸਥਿਰ ਗਾਇਕੀ ਆ, ਵਧੀਆ ਕਲਮ ਦੇ ਲਿਖੇ ਹੋਏ ਗੀਤ, ਵਧੀਆ ਗੀਤ ਚੋਣ ਕਰਨੀ, ਉਹ ਸਦਾ ਟਿਕੇ ਰਹਿਣਗੇ। ਕੁਝ ਚੰਦ ਗੀਤ ਬੋਲ ਕੇ ਸ਼ੋਹਰਤ ਲੈਣੀ ਉਹ ਵੱਖਰੀ ਗੱਲ, ਕਿਸੇ ਦਾ ਇੱਕ ਗੀਤ ਹਿੱਟ ਹੋ ਸਕਦਾ, ਪਰ ਹਿੱਟ ਹੋ ਕੇ ਉੱਥੇ ਖੜੇ ਰਹਿਣਾ ਸਭ ਤੋਂ ਵੱਡੀ ਮੁਸ਼ਕਲ ਗੱਲ ਆ, ਤੇ ਮੈਂ ਇਹ ਗੱਲ ਕਹਿੰਦਾ ਕਿ ਖੜੇ ਰਹਿਣ ਲਈ ਤੁਹਾਨੂੰ ਸਦਾ ਮਿਹਨਤ ਕਰਨੀ ਪਊ। ਇੱਕ ਗੀਤ ਕਰਕੇ ਅੱਕਣਾ ਨਹੀਂ ਚਾਹੀਦਾ, ਥੱਕਣਾ ਵੀ ਨਹੀਂ ਚਾਹੀਦਾ। ਜੇ ਜਿਹੜੇ ਬੰਦੇ ਨੂੰ ਰੱਬ ਨੇ ਇੱਕੇ ਗੀਤ ਤੋਂ ਰੋਟੀ ਦਿੱਤੀ ਆ, ਉਹਨੂੰ ਹੋਰ ਵਧੇਰੇ ਮਿਹਨਤ ਕਰਕੇ, ਚੰਗਾ ਗਾ ਕੇ, ਚੰਗਾ ਮਿਊਜ਼ਿਕ ਚੁਣ ਕੇ, ਵਧੀਆ ਵੀਡੀਓ ਕਰਕੇ ਤੇ ਮਾਰਕੀਟ ਦੇ ਵਿੱਚ ਲੋਕਾਂ ਨੂੰ ਵਧੀਆ ਚੀਜ਼ ਦੇ ਕੇ ਖੜੇ ਰਹਿਣਾ ਚਾਹੀਦਾ। ਫਿਰ ਉਹਨਾਂ ਨੂੰ ਹਿਲਾਉਣ ਵਾਲਾ ਕੋਈ ਨਹੀਂ। ਮੈਂ ਆਪਣਿਆਂ ਨੂੰ ਜ਼ਿਕਰ ਕਰਦਾ, ਹੋਰ ਬੜੇ ਬੰਦੇ ਜਿਹੜੇ ਸਾਡੇ ਨਾਲ ਉੱਪਰਦੇ ਆ ਔਰ ਖੜੇ ਨੇ, ਜਿਨ੍ਹਾਂ ਨੇ ਇਸ ਪੰਜਾਬੀ ਮਾਂ ਬੋਲੀ ਨੂੰ ਥੰਮ ਕੇ ਰੱਖਿਆ ਹੋਇਆ। ਬਿਲਕੁਲ ਜੀ। ਭੁੱਲਰ ਸਾਹਿਬ, ਅਗਰ ਗੱਲ ਕਰੀਏ ਅੱਜ ਕੱਲ੍ਹ ਕੋਈ ਵੀ ਗੀਤ ਜਿਹੜਾ ਵੀਡੀਓ ਤੋਂ ਬਗੈਰ ਹਿੱਟ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਜਦ ਤੱਕ ਵੀਡੀਓ ਬਣ ਕੇ ਉਹਦਾ ਪ੍ਰੋਪਰ ਤਰੀਕੇ ਦੇ ਨਾਲ ਸਾਹਮਣੇ ਨਾ ਆਵੇ ਦਰਸ਼ਕਾਂ ਦੇ, ਤਦ ਤੱਕ ਦਰਸ਼ਕ ਨੂੰ ਲੱਗਦਾ ਹੀ ਨਹੀਂ ਵੀ ਸ਼ਾਇਦ ਇਸ ਗਾਣੇ ਦੇ ਵਿੱਚ ਕੁਝ ਹੈ ਜਾਂ ਨਹੀਂ, ਕਿਉਂਕਿ ਲੋਕਾਂ ਦਾ ਆਪਣਾ ਆਪਣਾ ਇੱਕ ਕਨਸੈਪਟ ਬਣਿਆ ਹੋਇਆ। ਕਿਸ ਤਰ੍ਹਾਂ ਦਾ ਵੀਡੀਓ ਤੁਹਾਡੇ ਮੁਤਾਬਕ ਜਿਹੜਾ ਹੈ ਬਣ ਕੇ ਤਿਆਰ ਹੋ ਕੇ ਦਰਸ਼ਕਾਂ ਦੇ ਰੂਬਰੂ ਹੋਣਾ ਚਾਹੀਦਾ? ਵੇਖੋ, ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਆ। ਮੈਂ ਪਿਛਲੇ ਕੁਝ ਸਮੇਂ ਤੋਂ ਮੈਂ ਪੰਜਾਬੀ ਗਾਇਕੀ ਦੇ ਵਿੱਚ ਦੇਖਦਾ ਕਿ ਗੀਤ ਕਿਸੇ ਨੇ ਕੋਈ ਐਡਾ ਮਾੜਾ ਨਹੀਂ ਗਾਇਆ, ਕੋਈ ਇੱਕ ਦੋ ਗੀਤ ਸ਼ਬਦਾਂ ਪੱਖੋਂ ਘਟੀਆ ਹੋ ਸਕਦੇ ਆ। 15-10 ਸਾਲ ਦਾ ਮੈਂ ਸੁਣ ਰਿਹਾ, ਕੋਈ ਇਹੋ ਜਿਹਾ ਗੀਤ ਮੈਨੂੰ ਨਹੀਂ ਲੱਗਿਆ ਜਿਹੜਾ ਯਾਰ ਬੰਦ ਕਰ ਦਿਓ, ਇਹ ਤਾਂ ਗੀਤ ਦੇ ਸ਼ਬਦ ਨਹੀਂ ਸੁਣਨ ਵਾਲੇ। 2 ਜਾਂ 4 ਗੀਤ ਛੱਡ ਗਏ, ਪਰ ਕਈ ਵਾਰ ਸਾਡੇ ਕਲਾਕਾਰਾਂ ਦੀ, ਨਵਿਆਂ ਦੀ ਜਾਂ ਕੁਝ ਹੋਰ ਬੰਦੇ ਜਿਹੜੇ ਪੁਰਾਣੇ ਵੀ ਆ ਉਹਨਾਂ ਦਾ ਨਾਂ ਨਹੀਂ ਲਵਾਂਗੇ, ਉਹਨਾਂ ਦੀ ਇਹ ਸੋਚ ਹੁੰਦੀ ਕਿ ਇਹ ਗੀਤ ਦੇ ਵਿੱਚ ਖਰੇ ਨਗੀਜ ਵਿਖਾ ਕੇ ਅਸੀਂ ਇਹਨੂੰ ਬਹੁਤ ਵੱਡਾ ਕਰ ਸਕਦੇ ਹਾਂ। ਜੇ ਉਹ ਗੀਤ ਦਾ ਵੀਡੀਓ ਫਿਲਮਾਂਕਣ ਵਧੀਆ ਕਰਨ, ਤਾਂ ਗੀਤ ਦੇ ਵਿੱਚ ਸ਼ਬਦ ਕੋਈ ਪੰਜਾਬੀ ਸ਼ਬਦ ਇਹੋ ਜਿਹਾ ਅਸੀਂ ਬੋਲ ਹੀ ਨਹੀਂ ਸਕਦੇ, ਪੰਜਾਬੀ ਮਾਂ ਬੋਲੀ ਇਹੋ ਜਿਹੀ ਆ। ਜੇ ਅਪ ਸ਼ਬਦ ਬੋਲਾਂਗੇ ਤਾਂ ਸਾਨੂੰ ਆਪਣੇ ਆਪ ਗਾਲ ਆਉਣੀ ਆ, ਅਤੇ ਗਾਲ ਆਉਂਦਿਆਂ ਜਦੋਂ ਘਰ ਗਾਲ ਆਉਂਦੀ ਹੈ ਨਾ ਆਪਣੇ ਘਰੇ, ਤਾਂ ਹਰੇਕ ਬੰਦੇ ਨੂੰ ਸ਼ਰਮ ਆਉਂਦੀ। ਮੈਂ ਜਿੰਨੇ ਗਾਣੇ ਗਾਇਆ, ਮੇਰਾ 150-200 ਗੀਤ ਆਇਆ, ਮੈਨੂੰ ਨਹੀਂ ਲੱਗਦਾ ਕਿ ਮੈਂ ਆਪਦੇ ਘਰੇ ਬਹਿ ਕੇ ਆਪਦੀ ਭੈਣ ਕੋਲ ਨਾ ਗਾਇਆ, ਵੀ ਆਪਣੀ ਮਾਂ ਕੋਲ ਨਾ ਗਾਇਆ, ਵੀ ਆਪਣੀ ਭਰਜਾਈ ਕੋਲ ਨਾ ਗਾਇਆ, ਵੀ ਆਪਣੇ ਬੱਚਿਆਂ ਕੋਲ ਨਾ ਗਾਇਆ। ਮੈਨੂੰ ਕਦੀ ਸ਼ਰਮ ਮਹਿਸੂਸ ਨਹੀਂ ਹੋਈ, ਅਤੇ ਨਾ ਮੈਂ ਕਦੀ ਕਿਸੇ ਦੀ ਟੇਪ ਕੋਈ ਲੰਘਦਾ ਜਾਂਦਾ ਹੋਵੇ,
ਸਾਦੀ ਵੀਡੀਓ ਕਰੋ, ਪਰਿਵਾਰਕ ਵੀਡੀਓ ਕਰੋ, ਵੇਖਣ ਵਾਲੀ ਵੀਡੀਓ ਕਰੋ, ਮੁੰਡਾ ਕੁੜੀ ਸੋਹਣਾ ਹੋਵੇ, ਮਾਡਲ ਸੋਹਣਾ ਹੋਵੇ, ਤੁਸੀਂ ਆਪ ਸੋਹਣੇ ਹੋ, ਕੰਮ ਕਰ ਸਕਦੇ ਹੋ, ਜ਼ਰੂਰੀ ਘੱਟ ਕੱਪੜੇ ਪਾ ਕੇ ਨਹੀਂ ਵੀਡੀਓ ਨੂੰ ਸੋਹਣਾ ਕੀਤਾ ਜਾ ਸਕਦਾ। ਬਹੁਤ ਅੱਛੀ ਜਿੰਨੀ ਸਾਦਗੀ ਪੰਜਾਬੀ ਪਹਿਰਾਵੇ ਦੇ ਵਿੱਚ ਹੈ, ਜਿੰਨਾ ਤੁਸੀਂ ਕੱਜ ਕੇ ਰਹਿੰਦੇ ਹੋ ਉਨੀ ਤੁਸੀਂ ਸੋਹਣੇ ਲੱਗਦੇ ਹੋ, ਚਾਹੇ ਉਹ ਲੜਕਾ ਹੋਵੇ ਚਾਹੇ ਲੜਕੀ ਹੋਵੇ। ਇਹ ਨਹੀਂ ਜ਼ਰੂਰੀ, ਜਿੰਨਾ ਆਪਣੇ ਆਪ ਨੂੰ ਸਰੀਰ ਨੂੰ ਅਸੀਂ ਢੱਕ ਕੇ ਰੱਖਦੇ ਉਨਾ ਹੀ ਸਾਡਾ ਇੱਜ਼ਤ ਮਾਣ ਵੱਧਦਾ ਹੈ। ਵੈਸੇ ਲੋਕਾਂ ਦੇ ਦਿਮਾਗ ਦੇ ਵਿੱਚ ਕੋਈ ਗੱਲ ਹੋਵੇ ਤਾਂ ਵੱਖਰੀ ਗੱਲ, ਮੇਰੀ ਇਹ ਸੋਚ ਆ ਕਿ ਉਹਦਾ ਘਟਦਾ ਨਹੀਂ ਗਾ। ਤੁਹਾਡੇ ਗਾਣੇ ਨੂੰ ਮੇਰਾ ਗਾਣਾ ਪਟੋਲੇ ਗਾਣਾ ਆਇਆ ਵਾ, ਉਹਦੇ ਵਿੱਚ ਇੰਨਾ ਵੀ ਨਗੇਜ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਗੀ, ਔਰ ਮੇਰੇ ਸਭ ਤੋਂ ਵੱਧ ਉਸ ਗਾਣੇ ਨੂੰ ਵਿਊ ਨੇ ਇਸ ਵੇਲੇ 2 ਮਿਲੀਅਨ ਤੋਂ ਵੀ ਟੱਪੇ ਹੋਏ ਨੇ। ਵਾਕਈ ਜੀ ਉਹ ਪਟੋਲਾ ਗਾਣਾ ਅਸੀਂ ਜ਼ਰੂਰ ਸੁਣਿਆ ਹੋਇਆ ਜੀ। ਮੈਂ ਚਾਹਾਂਗਾ ਵੀ ਸਾਡੇ ਦਰਸ਼ਕ ਵੀ ਜਿਹੜੇ ਨੇ ਉਹ ਇੱਕ ਵਾਰੀ ਉਸ ਗਾਣੇ ਦੇ ਰੂਬਰੂ ਜ਼ਰੂਰ ਹੋਣ। ਮੈਂ ਚਾਹਾਂਗਾ ਕਿ ਇਹ ਚੰਦ ਸਦਰਾਂ ਜਿਹੜੀਆਂ ਨੇ ਤੁਸੀਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰੋ। ਹੋ ਤੋਰ ਵੀ ਨਵਾਬਾਂ ਵਾਲੀ ਜੱਟ ਦੀ ਮੁੱਛ ਕਹਿੰਦੀਆਂ ਕਹਾਉਂਦੀਆਂ ਨੂੰ ਪੱਟਦੀ, ਹੋ ਕੋਲੇ ਰੱਖੀ ਬੰਦੇ ਖਾਣੀ ਨਾਲ ਵਹਿਲੀਆਂ ਦੀ ਢਾਣੀ ਉੱਤੋਂ 25 ਕੁ ਸਾਲਾਂ ਦਾ ਕੁਵਾਰਾ, ਫਿਰ ਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਤੂੰ ਸਰਦਾਰਾ। ਵਾਹ ਜੀ ਵਾਹ, ਵਾਕਈ ਬਹੁਤ ਵਧੀਆ ਲਿਖਿਆ ਗਿਆ ਗੀਤ, ਔਰ ਉਸ ਤੋਂ ਬਾਅਦ ਬਹੁਤ ਵਧੀਆ ਸੰਗੀਤ ਦੇ ਨਾਲ ਸ਼ਿੰਗਾਰਿਆ ਗਿਆ ਗੀਤ, ਔਰ ਉਸ ਤੋਂ ਉੱਪਰ ਸੁਰਜੀਤ ਭੁੱਲਰ ਦੀ ਆਵਾਜ਼ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਭੁੱਲਰ ਸਾਹਿਬ, ਗੱਲ ਹੋ ਰਹੀ ਸੀਗੀ ਪਰਿਵਾਰ ਦੀ, ਤੁਸੀਂ ਜ਼ਿਕਰ ਕੀਤਾ ਆਪਣੇ ਪਰਿਵਾਰਕ ਮੈਂਬਰਾਂ ਦਾ। ਸੁਰਜੀਤ ਭੁੱਲਰ ਕੋਲ ਇਤਨਾ ਟਾਈਮ ਨਿਕਲ ਜਾਂਦਾ ਹੈ ਕਿ ਉਹ ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ ਟਾਈਮ ਦੇ ਸਕੇ ਜਾਂ ਕੀ? ਥੋੜਾ ਨਿੱਜੀ ਸਵਾਲ ਹੈ ਪਰ ਮੈਂ ਜਾਣਨਾ ਜ਼ਰੂਰ ਚਾਹਾਂਗਾ, ਮੈਂ ਹੀ ਨਹੀਂ ਬਲਕਿ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ। ਬਿਲਕੁਲ ਜੀ, ਸਿਆਲ ਦੇ ਵਿੱਚ ਸਾਡੀ ਜ਼ਰੂਰ ਪ੍ਰੋਬਲਮ ਹੁੰਦੀ ਹੈ, ਸਮੱਸਿਆ ਹੁੰਦੀ ਹੈ ਕਿ ਸ਼ੋਆਂ ਦੇ ਵਿੱਚ ਬਿਜ਼ੀ ਰਹੀਦਾ, ਪਰ ਅੱਜ ਕੱਲ੍ਹ ਜੇ ਕੋਈ ਕਲਾਕਾਰ ਆਖੇ ਵੀ ਮੈਂ ਪੂਰੇ ਦਾ ਪੂਰਾ ਸਾਲ ਬਿਜ਼ੀ ਰਹਿੰਦਾ ਜੀ ਅਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਸਮਾਂ ਨਹੀਂ ਦੇ ਸਕਦਾ। ਹੁਣ ਆ ਗਰਮੀਆਂ ਦੇ ਦਿਨ ਆ ਜੀ, ਮੇਲਿਆਂ ਦੇ ਕਿਤੇ ਕਿਤੇ ਵਿਰਲੇ ਵਿਰਲੇ ਸ਼ੋਅ ਨੇ, ਜੇ ਕਹੀ ਜਾਈਏ ਰੋਜ਼ ਅਸੀਂ ਮੇਲਿਆਂ 'ਚ ਬਿਜ਼ੀ, ਉਹ ਗੱਲ ਨਹੀਂ। ਹੁਣ ਮੈਂ ਆਪਣੇ ਪਰਿਵਾਰ ਦੇ ਵਿੱਚ ਅਤੇ ਜਦੋਂ ਮੇਰੇ ਕੋਲ ਟਾਈਮ ਹੁੰਦਾ, ਹਫ਼ਤਾ 2 ਹਫ਼ਤੇ ਵਿਹਲਦਾ, ਫਿਰ ਅਸੀਂ ਪਰਿਵਾਰ ਨਾਲ ਮੈਂ ਆਪਣੇ ਨਾਲ ਘੁੰਮਣ ਵੀ ਨਿਕਲ ਜਾਂਦਾ। ਬਾਕੀ ਜੁਆਇੰਟ ਫੈਮਿਲੀ ਆ ਜੀ ਸਾਡੀ, ਮੈਂ ਵੈਸੇ ਅੰਮ੍ਰਿਤਸਰ ਰਹਿੰਦਾ, ਮੇਰੀ ਵਾਈਫ, ਮੇਰਾ ਬੇਟਾ ਜੀ, ਭਤੀਜਾ ਮੇਰਾ ਮੇਰੇ ਕੋਲ ਪਹਿਲਾਂ ਪੜ੍ਹਦਾ ਸੀ, ਹੁਣ ਉਹਨੂੰ ਅਕੈਡਮੀ ਜਲੰਧਰ ਭੇਜਤਾ ਸੀ ਕ੍ਰਿਕਟ ਦੇ ਵਿੱਚ। ਮਾਤਾ ਜੀ ਆ, ਫਾਦਰ ਸਾਹਿਬ ਦੀ ਡੈਥ ਹੋ ਗਈ ਸੀ, ਮਾਤਾ ਜੀ, ਭਾਬੀ ਜੀ ਅਤੇ ਵੱਡੇ ਭਾਅ ਜੀ ਪਿੰਡ ਰਹਿੰਦੇ ਆ। ਮੇਰਾ ਪਿੰਡ ਹਫ਼ਤੇ ਬਾਅਦ ਗੇੜਾ ਲੱਗਦਾ ਰਹਿੰਦਾ, ਬਟ ਬਹੁਤ ਜ਼ਿਆਦਾ ਟਾਈਮ ਲੱਗੇ ਤੇ 15 ਦਿਨੀ, ਤਾਂ ਬੜਾ ਵਧੀਆ ਜੀ। ਪਰਿਵਾਰ ਦੇ ਨਾਲ ਵੀ ਪੂਰਾ ਉਹਨਾਂ ਨੂੰ ਸਮਾਂ ਦੇਈਦਾ ਵਾ, ਮੈਂ ਪਰਿਵਾਰ ਨੂੰ ਬਹੁਤ ਪਿਆਰਾ, ਪਰਿਵਾਰ ਮੈਨੂੰ ਬਹੁਤ ਪਿਆਰਾ ਵਾ, ਅਤੇ ਉਹਨਾਂ ਦਾ ਕਰਕੇ ਹੀ ਸਾਰਾ ਕੁਝ ਆ। ਬਿਲਕੁਲ, ਜਿਹਦੇ ਪਰਿਵਾਰ ਨਹੀਂ ਪਿੱਠ 'ਤੇ ਉਹ ਵੀ ਬੰਦਾ ਕੁਝ ਨਹੀਂ ਕਰ ਸਕਦਾ, ਉਹ ਵਿਅਕਤੀ ਵੀ ਅੱਗੇ ਵਧਣ ਦੀ, ਮਤਲਬ ਕਿ ਉਹਦੀ ਸੋਚ ਜਿਹੜੀ ਆ ਖਤਮ ਹੁੰਦੀ ਜਾਂਦੀ ਹੈ। ਜਦੋਂ ਤੁਹਾਨੂੰ ਸਪੋਰਟ ਨਾ ਹੋਵੇ ਕਿਸੇ ਦੀ, ਫਿਰ ਤੁਸੀਂ ਸੋਚ ਦੇ ਨਾਲ ਹੀ ਰੋਜ਼ ਰੋਜ਼ ਮਰਦੇ ਰਹਿੰਦੇ ਹੋ, ਤੇ ਬੜਾ ਫਰਕ ਪੈਂਦਾ ਤੁਹਾਡੇ ਕਿਸੇ ਵੀ। ਜੀ ਜੀ ਜੀ, ਬਿਲਕੁਲ, ਇਹ ਤਾਂ ਗੱਲ ਹੈਗੀ ਹੈ ਜੀ। ਭੁੱਲਰ ਸਾਹਿਬ, ਗੱਲ ਕਰੀਏ ਖੁੱਲ੍ਹੇ ਅਖਾੜਿਆਂ ਦੀ, ਤਾਂ ਕੋਈ ਇੱਕ ਐਸੀ ਘਟਨਾ ਜਾਂ ਕੋਈ ਇੱਕ ਐਸਾ ਕਿੱਸਾ ਜਿਹੜਾ ਤੁਸੀਂ ਅੱਜ ਵੀ ਯਾਦ ਕਰੋ ਤੇ ਵਾਕਈ ਅੱਖਾਂ ਖੁੱਲ੍ਹ ਜਾਂਦੀਆਂ ਨੇ ਕਿ ਉਹ ਹੋ ਇਹ ਕੰਮ ਇਸ ਤਰ੍ਹਾਂ ਉਦੋਂ ਹੋ ਗਿਆ ਸੀ? ਕੋਈ ਇਸ ਤਰ੍ਹਾਂ ਦਾ ਕਿੱਸਾ ਹੈਗਾ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋ, ਚਾਹੇ ਸ਼ੂਟਿੰਗ ਵੇਲੇ ਹੋਵੇ ਜਾਂ ਖੁੱਲ੍ਹੇ ਅਖਾੜਿਆਂ ਦੇ ਵਿੱਚ ਹੋਵੇ ਜਾਂ ਕਿਸੇ ਟੀਵੀ ਸ਼ੋਅ ਜਾਂ ਇੰਟਰਵਿਊਜ਼ ਦੇ ਵਿੱਚ? ਅਖਾੜਿਆਂ ਦੇ ਵਿੱਚ ਬੜਾ ਪਿਆਰ ਮਿਲਿਆ ਲੋਕਾਂ ਦਾ, ਕੋਈ ਇੰਨੇ ਸਮੇਂ ਦੇ ਵਿੱਚ ਕਈ ਗੱਲਾਂ ਯਾਦ ਨਹੀਂ ਰਹਿੰਦੀਆਂ, ਪਰ ਮੈਨੂੰ ਇੱਕ ਵਾਰ ਯਾਦ ਆ ਕਿ ਮੇਰਾ ਤੇਰੀ ਤੋਰ ਨੇ ਪੱਟੇ ਮੁਟਿਆਰੇ, ਜੱਟਾਂ ਦੇ ਪੁੱਤ ਸਾਧ ਹੋ ਗਏ, ਵੀਡੀਓ ਰਿੰਪੀ ਪ੍ਰਿੰਸ ਜੀ ਨੇ ਸ਼ੂਟ ਕਰਨਾ ਸੀ ਅਤੇ ਇਹਦੀ ਸ਼ੂਟਿੰਗ ਪਹਿਲਾਂ ਅਸੀਂ ਰੱਖੀ ਸੀ ਹਿਮਾਚਲ ਦੇ ਵਿੱਚ, ਤਾਂ ਉੱਥੇ ਮੀਂਹ ਦੇ ਕਾਰਨ ਸਾਨੂੰ ਥੋੜ੍ਹਾ ਜਿਹਾ ਲੇਟ ਕਰਨੀ ਪਈ ਸ਼ੂਟਿੰਗ। ਬਾਅਦ ਦੇ ਵਿੱਚ ਮੇਰੇ ਸਿੰਘ ਹੋਣੇ ਸੀ ਰੋਪੜ ਦੇ ਲਾਗੇ ਫੈਕਟਰੀ ਸੀ, ਅਤੇ ਫੈਕਟਰੀ ਦੇ ਉੱਤੇ ਰਿੰਪੀ ਭਾਅ ਜੀ ਨੇ ਸਿੰਘ ਇਸ ਤਰੀਕੇ ਨਾਲ ਬਣਾਇਆ ਸੀ, ਇੱਕ ਟੈਂਕੀ ਸੀ ਅਤੇ ਬਹੁਤ ਪੁਰਾਣੀ ਟੈਂਕੀ ਸੀ ਗਲੀ ਹੋਈ, ਉਹਦੇ ਉੱਪਰ ਵੀ ਮੁੰਡੇ ਖੜੇ ਸੀ, ਕਿਸੇ ਨੇ ਅਲਗੋਜੇ ਫੜੇ ਸੀ, ਕਿਸੇ ਨੇ ਮੇਰੇ ਕੋਲ ਮਤਲਬ ਕਿ ਹੋਰ ਕੋਈ ਚੀਜ਼ ਸੀ, ਕਿਸੇ ਕੋਲ ਉੱਤੇ ਤੂੰਬੀ ਫੜੀ ਹੋਈ ਸੀ, ਹੇਠਾਂ ਮੈਂ ਸੀ, ਉਦੋਂ ਫਿਰ ਹੇਠਾਂ ਸੀ। ਤਾਂ ਉਹ ਜਦੋਂ ਸਿੰਕ ਦੇ ਰਹੇ ਸੀ, ਗਾਉਂਦਿਆਂ ਗਾਉਂਦਿਆਂ ਉੱਪਰਲੇ ਮੁੰਡੇ ਦੇ ਹੱਥ 'ਚੋਂ ਤੂੰਬੀ ਡਿੱਗੀ ਔਰ ਮੇਰੇ ਸਿਰ 'ਚ ਅਣ ਕੇ ਵੱਜੀ, ਔਰ ਬੜਾ ਉਹ ਬੜਾ ਭਿਆਨਕ ਸੀਨ ਸੀ ਕਿ ਮੈਨੂੰ ਚੱਕਰ ਆ ਗਏ, ਪਰ ਮੇਰਾ ਹੱਥ ਛੁੱਟਦਿਆਂ ਛੁੱਟਦਿਆਂ ਉੱਥੇ ਫਿਰ ਫੜਿਆ ਰਿਹਾ, ਨਹੀਂ ਤਾਂ ਮੈਂ ਡਿੱਗ ਕੇ ਕੋਈ ਵੀ ਘਟਨਾ ਵਾਪਰ ਸਕਦੀ ਸੀ, ਪਰ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ। ਪਰ ਮੈਨੂੰ ਬੜਾ ਚਿਰ ਹੋਸ਼ ਨਹੀਂ ਆਈ, ਬੜਾ ਚਿਰ ਮੈਨੂੰ 2 ਮਿੰਟ 2 ਮਿੰਟ ਚੱਕਰ ਆਇਆ, ਮੈਂ ਦੇਖਿਆ ਕੁਝ ਨਹੀਂ, ਪਰ ਪਰਮਾਤਮਾ ਦੀ ਕਿਰਪਾ ਨਾਲ ਉਹ ਇਹ ਘਟਨਾ ਮੈਨੂੰ ਯਾਦ ਰਹਿੰਦੀ ਹੈ। ਇਹੋ ਜਿਹੀਆਂ ਘਟਨਾਵਾਂ ਹੋਰ ਵੀ ਬੜੀਆਂ ਹੋ ਜਾਂਦੀਆਂ ਜੀ ਜਿਹੜੀਆਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਯਾਦ ਰਹਿੰਦੀਆਂ ਵਾ, ਪਰ ਉਹ ਪਲ ਯਾਦ ਕਰਕੇ ਮਜ਼ਾ ਵੀ ਬੜਾ ਆਉਂਦਾ ਵਾ, ਕਿਉਂਕਿ ਮੰਜ਼ਿਲ ਮਿਲਣ ਤੋਂ ਬਾਅਦ ਸ਼ਾਇਦ ਬੰਦਾ ਉਨਾ ਖੁਸ਼ ਤਾਂ ਜ਼ਰੂਰ ਹੁੰਦਾ ਵਾ, ਪਰ ਜਿਹੜੇ ਉਹ ਦਿਨ ਯਾਦ ਕਰਕੇ ਖੁਸ਼ੀ ਹੁੰਦੀ ਹੈ ਨਾ। ਮੈਂ ਚੰਡੀਗੜ੍ਹ ਦਾ ਪਤਾ ਨਹੀਂ ਜੀ, ਬੁੱਲੀਆਂ ਟੇਪ ਤੱਕ ਮੈਂ ਚੰਡੀਗੜ੍ਹ ਦਾ ਬੱਸ 'ਤੇ ਸਫ਼ਰ ਤੈਅ ਕੀਤਾ। ਹੁਣ ਕਿਸੇ ਨੂੰ ਕੀ ਪਤਾ, ਅੱਜ ਗੱਡੀ ਹੋਵੇ ਤਾਂ ਸੁਰਜੀਤ ਭੁੱਲਰ ਨੂੰ ਲੋਕ ਕਹਿੰਦੇ ਜਾਓ ਗੱਡੀ 'ਚ ਜਾ ਰਿਹਾ, ਹਰੇਕ ਬੰਦੇ ਨੇ, ਮੈਂ ਨਹੀਂ ਇਕੱਲੇ, ਹਰੇਕ ਕਲਾਕਾਰ ਨੇ ਬੜੀ ਮਿਹਨਤ ਕੀਤੀ ਹੁੰਦੀ, ਉਹਦੇ ਪਿੱਛੇ ਬੜਾ ਮਤਲਬ ਕਿ ਉਹਦਾ ਜਿਹੜਾ ਆਪਦਾ ਹੱਥ
ਨਾਲ ਚਾਉਣ ਵਾਲੇ ਬੰਦੇ ਜਿਹੜੇ ਕਲੋਜ਼ ਹੁੰਦੇ ਜਿਹੜੇ ਸ਼ੁਰੂ ਤੋਂ ਤੁਰਿਆ ਹੁੰਦੇ ਨੇ ਦੋਸਤ ਮਿੱਤਰ ਉਹਨਾਂ ਨੂੰ ਪਤਾ ਹੁੰਦਾ। ਬਿਲਕੁਲ ਜੀ ਪੁਲਰ ਸਾਹਿਬ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਤੁਸੀਂ ਬੱਸ ਦੇ ਵਿੱਚ ਸਫ਼ਰ ਕੀਤਾ ਹੈ, ਬੱਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਫੈਨ ਨਜ਼ਰ ਆ ਜਾਂਦਾ ਹੈ ਕਿ ਠੀਕ ਆ ਵੀ ਉਹ ਸੁਰਜੀਤ ਭੁੱਲਰ ਜਾਂਦਾ, ਕਦੇ ਇਦਾਂ ਦਾ ਵਾਕਿਆ ਹੋਇਆ? ਤੁਸੀਂ ਇਹ ਤਾਂ ਗੱਲ ਹੀ ਛੱਡੋ ਸਤਿੰਦਰ ਜੀ, ਮੈਨੂੰ ਯਾਦ ਆ ਕਿ ਸ਼ੁਰੂ ਸ਼ੁਰੂ ਦੇ ਵਿੱਚ ਮੈਂ ਨਾ ਪ੍ਰੋਗਰਾਮ ਮਜੀਸ਼ਨ ਵਾਲੀ ਗੱਡੀ 'ਤੇ ਲਾਉਣ ਜਾਂਦਾ ਹੁੰਦਾ ਸੀ, ਅੱਜ ਕੱਲ੍ਹ ਤਾਂ ਬੜਾ ਸਮਾਂ ਚੇਂਜ ਹੋ ਗਿਆ, ਅਤੇ ਮੈਨੂੰ ਐਂ ਲੱਗਦਾ 10,000 ਤੋਂ ਪ੍ਰਤੀ ਸ਼ੋ ਸਟੇਜ ਸ਼ੁਰੂ ਕੀਤੀ ਹੂੰ ਮੈਂ, ਸਮਾਂ ਹੋ ਗਿਆ ਜੀ ਉਦੋਂ 10,000 ਵੀ ਸਾਨੂੰ ਐਂ ਲੱਗਦਾ ਸੀ ਬੜੇ ਪੈਸੇ ਲੈ ਲਏ। ਅਤੇ ਮੈਨੂੰ ਯਾਦ ਆ ਕਿ ਬ੍ਰਦਰਸ ਪੈਲਸ ਹੁੰਦੇ ਸੀ ਆਪਣੇ ਅੰਮ੍ਰਿਤਸਰ ਤੋਂ ਅਜਨਾਲਾ ਰੋਡ 'ਤੇ, ਤਾਂ ਮੈਂ ਬਾਹਰ ਮਜੀਸ਼ਨਾਂ ਦੀ ਗੱਡੀ 'ਤੇ ਗਿਆ, ਮੈਂ ਸਟੇਜ ਸ਼ੋ ਕਰਕੇ ਅਤੇ ਮੈਂ ਸਟੇਜ ਸ਼ੋ ਖਤਮ ਕੀਤਾ ਅਤੇ ਮੈਂ ਬੱਸ ਦੇ ਵਿੱਚ ਚੜ੍ਹ ਗਿਆ। ਜਦੋਂ ਮੈਂ ਬੱਸ ਦੇ ਵਿੱਚ ਚੜ੍ਹਿਆ ਤਾਂ ਉੱਥੇ ਹੀ ਉਸ ਵਿਆਹ ਦੇ ਵਿੱਚੋਂ ਕੁਝ 5-7 ਮੈਂਬਰ ਸੀ, ਤੇ ਮੈਨੂੰ ਵੇਖ ਕੇ ਹੱਕੇ ਬੱਕੇ ਰਹਿ ਗਏ, ਭੁੱਲਰ ਸਾਹਿਬ ਕਹਿੰਦੇ ਤੁਹਾਡੇ ਕੋਲ ਕੋਈ ਗੱਡੀ ਨਹੀਂ ਹੈਗੀ। ਤਾਂ ਮੈਨੂੰ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਨੂੰ ਆਦਤ ਨਹੀਂ ਸੀ ਹੁੰਦੀ ਐਵੇਂ ਲੁਕ ਛੁਪ ਜਿਹਾ ਰੱਖਣ ਦੀ, ਮੈਂ ਕਿਹਾ ਜੀ ਹਜੇ ਤਾਂ ਨਹੀਂ ਹੈਗੀ, ਕਹਿੰਦੇ ਕੋਈ ਨਹੀਂ ਪਰਮਾਤਮਾ ਦਊਗਾ। ਇਹੋ ਜਿਹੀਆਂ ਗੱਲਾਂ ਬੜੀਆਂ ਯਾਦ ਆਉਂਦੀਆਂ ਵੀ ਕਿਤੇ ਉਹਨਾਂ ਬੰਦਿਆਂ ਨਾਲ ਹੀ, ਨਹੀਂ ਤਾਂ ਅੱਜ ਕੱਲ੍ਹ ਸਿੰਗਰ ਜਦੋਂ ਵੀ ਵੱਡਾ ਹੁੰਦਾ ਜਾਂ ਉਹਨੂੰ ਪਰਮਾਤਮਾ ਵੱਡਿਆਂ ਕਰਦਾ, ਉਹ ਲੁਕ ਕੇ ਜਾਂਦਾ ਲੋਕਾਂ 'ਚ, ਵੈਸੇ ਉਹਦੀ ਇਹ ਵੀ ਨਹੀਂ ਸੋਚ ਹੁੰਦੀ ਕਿ ਮੈਂ ਲੁਕ ਕੇ ਰਵਾਂ, ਜਾਂ ਉਹਦੀ ਇਹ ਸੋਚ ਬਣਾਉਣੀ ਪੈਂਦੀ ਉਹਨੂੰ ਕਿ ਜਿਵੇਂ ਰੋਜ਼ ਹੀ ਆਮ ਦੁਨੀਆਂ 'ਚ ਤੁਰਿਆ ਫਿਰ ਫਿਰ ਮੇਰੀ ਕਦਰ ਘੱਟ ਜਾਂਦੀ ਹੈ, ਉਹ ਸਟੇਜ ਸ਼ੋਅ 'ਤੇ ਇਸ ਤਰੀਕੇ ਨਾਲ ਆਉਂਦਾ ਵਾ, ਉਹਲੇ ਛਿੱਪੇ ਪਿੱਛੋਂ ਦੀ ਆਊਗਾ। ਪਰ ਉਹ ਘਟਨਾ ਵੀ ਯਾਦ, ਜਦੋਂ ਬੱਸ ਦੇ ਵਿੱਚ ਬੈਠੇ ਮੈਂਬਰਾਂ ਨੇ, ਬਰਾਤ ਵਾਲਿਆਂ ਨੇ ਦੇਖਿਆ ਸੀ, ਤਾਂ ਬੜਾ ਹਾਸਾ ਆਪਣੇ ਆਪ ਨੂੰ, ਖੁਸ਼ੀ ਵੀ ਹੁੰਦੀ ਆ ਵੀ ਕੈਸੇ ਦਿਨ ਸੀ। ਵਾਕਿਆ ਜੀ ਵਾਕਿਆ, ਇੱਕ ਆਮ ਦੁਨੀਆਂ ਦੇ ਵਿੱਚ ਵਿਚਰ ਕੇ ਹੀ ਇਨਸਾਨ ਨੂੰ ਅਸਲੀਅਤ ਦਾ ਪਤਾ ਲੱਗਦਾ ਕਿ ਇਨਸਾਨ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ, ਔਰ ਇੱਕ ਕਲਾਕਾਰ ਤੋਂ ਹਟ ਕੇ ਇੱਕ ਆਮ ਇਨਸਾਨ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੋਵੇਗਾ। ਪੁਲਰ ਸਾਹਿਬ, ਸਮਾਂ ਜਿਹੜਾ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਆਪ ਜੀ ਨਾਲ ਹੋਰ ਵਿਚਾਰਾਂ ਸਾਂਝੀਆਂ ਕਰੀਏ ਅਤੇ ਤੁਹਾਡੇ ਇਸ ਗਾਇਕੀ ਦੇ ਸਫ਼ਰ ਦੇ ਬਾਰੇ ਦੇ ਵਿੱਚ ਅਸੀਂ ਹੋਰ ਗੱਲ ਕਰੀਏ, ਪਰ ਜਾਂਦੇ ਜਾਂਦੇ ਮੇਰੇ ਜ਼ਿਹਨ 'ਚ ਤੁਹਾਡੀ ਜਿਹੜੀ ਲੇਟੈਸਟ ਕੈਸੇਟ ਆਈ ਹੈ ਸ਼ੌਂਕ ਅਥਰੇ, ਜਿਹੜੀ ਕਿ ਵਾਕਿਆ ਬੜੀ ਮਕਬੂਲ ਹੋ ਰਹੀ ਹੈ, ਦਰਸ਼ਕ ਉਹਨੂੰ ਭਰਮਾ ਹੁੰਕਾਰਾ ਦੇ ਰਹੇ ਨੇ, ਘਰ ਘਰ ਦੇ ਵਿੱਚ ਉਹ ਗੀਤ ਵੱਜ ਰਿਹਾ, ਮੈਂ ਚਾਹਾਂਗਾ ਉਹਦੀਆਂ ਜਾਂਦੇ ਜਾਂਦੇ ਚੰਦ ਕੁ ਲਾਈਨਾਂ ਜਿਹੜੀਆਂ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਜ਼ਰੂਰ ਸਾਂਝੀਆਂ ਕਰਦੇ ਜਾਓ। ਮੈਂ ਉਹ ਤਾਂ ਗੀਤ ਜੀ ਸਤਿੰਦਰ ਜੀ ਸਾਂਝਾ ਕਰ ਦਿੱਤਾ, ਇੱਕ ਮੇਰਾ ਥੋੜ੍ਹੇ ਦਿਨਾਂ ਨੂੰ ਗੀਤ ਆਉਣ ਵਾਲਾ, ਮੈਂ ਜਾਣਦਾ ਜਾਂਦਾ ਇਸ ਚੈਨਲ ਰਾਹੀਂ ਉਹ ਸਾਂਝਾ ਕਰ ਦਿੰਦਾ। ਹੋ ਤੇਰੇ ਚੋਬਨ ਦਾ ਸੇਕ ਚੋਬਰਾਂ ਨੂੰ ਲੱਗੀ ਜਾਵੇ, ਆ ਮੇਰੀ ਵੀ ਸ਼ੁਕੀਨੀ ਅੱਲੜਾਂ ਨੂੰ ਠੱਗੀ ਜਾਵੇ, ਆ ਮੇਰੀ ਵੀ ਸ਼ੁਕੀਨੀ ਅੱਲੜਾਂ ਨੂੰ ਠੱਗੀ ਜਾਵੇ। ਹੋ ਮੇਰੀ ਟੌਰ ਨੇ ਕਈ ਨੇ ਸੂਲੀ ਟੰਗੀਆਂ, ਨੀ ਮੁੰਡੇ ਪੱਟੇ ਤੇਰੀ ਮੋਟੀ ਅੱਖ ਦੇ, ਜਿੱਦਾਂ ਤੇਰੇ ਤੇ ਹੁਸਨ ਚੜਿਆ ਉਦਾਂ ਗਏ ਨੇ ਦਿਨ ਜੱਟ ਦੇ, ਨੀ ਜਿੱਦਾਂ ਤੇਰੇ ਤੇ ਹੁਸਨ ਚੜਿਆ ਉਦਾਂ ਗਏ ਨੇ ਦਿਨ ਜੱਟ ਦੇ। ਵਾਹ ਜੀ ਵਾਹ ਪੁਲਰ ਸਾਹਿਬ, ਬਹੁਤ ਵਧੀਆ ਗੀਤ ਜਿਹੜਾ ਤੁਹਾਡਾ ਇਹ ਆਉਣ ਵਾਲਾ ਗੀਤ ਹੈ, ਔਰ ਅਸੀਂ ਸਾਰੇ ਜਿੰਨੇ ਵੀ ਦਰਸ਼ਕ ਸਾਡੇ ਇਸ ਚੈਨਲ ਨੂੰ ਦੇਖ ਰਹੇ ਨੇ, ਇਸ ਸ਼ੋਅ ਨੂੰ ਦੇਖ ਰਹੇ ਨੇ, ਸਾਰੇ ਪਰਮਾਤਮਾ ਦੇ ਚਰਨਾਂ 'ਚ ਹੀ ਦੁਆ ਕਰਨਗੇ ਕਿ ਜਿਸ ਤਰ੍ਹਾਂ ਤੁਹਾਡੇ ਪਹਿਲੇ ਗੀਤ ਜਿਹੜੇ ਨੇ ਮਕਬੂਲ ਹੋਏ ਨੇ, ਦਰਸ਼ਕਾਂ ਨੇ ਮਾਣ ਤਾਨ ਬਖਸ਼ਿਆ, ਉਸੇ ਤਰ੍ਹਾਂ ਇਸ ਗੀਤ ਨੂੰ ਵੀ ਪਰਮਾਤਮਾ ਕਰੇ ਬੁਲੰਦੀਆਂ ਤੱਕ ਪਹੁੰਚਾਵੇ, ਔਰ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੁਰਜੀਤ ਭੁੱਲਰ ਅਸੀਂ ਹੋਰ ਬਹੁਤ ਬਿਗ ਸਟਾਰ ਦੇ ਰੂਪ ਦੇ ਵਿੱਚ, ਅਸੀਂ ਇਹਨਾਂ ਨੂੰ ਸਟਾਰ ਤਾਂ ਤੁਸੀਂ ਹਾਲੇ ਵੀ ਹੈਗੇ ਹੋ, ਪਰ ਇੱਕ ਹੋਰ ਬਿਗ ਸੁਪਰ ਸਟਾਰ ਜਿਹਨੂੰ ਕਹਿੰਦੇ ਅਸੀਂ ਉਸਦੇ ਵਿੱਚ ਜ਼ਰੂਰ ਦੇਖਣਾ ਚਾਹਾਂਗੇ। ਸੋ ਸੁਰਜੀਤ ਭੁੱਲਰ ਜੀ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੀਮਤੀ ਸਮਾਂ ਕੱਢਿਆ, ਸਾਡੇ ਸਟੂਡੀਓ 'ਚ ਆਏ, ਸਾਡੇ ਨਾਲ ਗੱਲਬਾਤ ਕੀਤੀ, ਆਪਣੇ ਗੀਤ ਸਾਡੇ ਨਾਲ ਸ਼ੇਅਰ ਕੀਤੇ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਸਤਵਿੰਦਰ ਜੀ, ਤੁਹਾਡਾ ਵੀ, ਔਰ TV84 ਦੀ ਪੂਰੀ ਟੀਮ ਦਾ, ਜਿੰਨੀ ਵੀ ਟੀਮ ਨੇ ਕੰਮ ਕੀਤਾ ਵਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਰੋਤਿਆਂ ਦੇ ਰੂਬਰੂ ਕਰਾਇਆ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।